ਸ਼ਸ਼ੀਕਾਲ ਨਮਸਕਾਰ ਅਦাব ਦੋਸਤੋ ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੈਟਫਾਰਮ ਲਾ ਕੇ ਜਸ ਪੰਜਾਬੀ ਦੇ ਮંચ ਤੋਂ ਤੁਸੀਂ ਦੇਖ ਰਹੇ ਹੋ ਹੱਕ ਸੱਚ ਆਵਾਮ ਦੀ ਆਵਾਜ਼ ਜਸ ਟੀਵੀ ਦਰਸ਼ਕੋ ਅੱਜ ਇੱਕ ਨਵਕਲਾ ਪ੍ਰੋਗਰਾਮ ਲਾ ਕੇ ਤੁਹਾਡੇ ਰੂਬਰੂ ਹੋਇਆ ਕਿ ਜੇ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਜਾਂ ਉਦਾਂ ਨਿਊਜ਼ ਦੇਖ ਲਓ ਪ੍ਰਿੰਟ ਮੀਡੀਆ ਦੇ ਵਿੱਚ ਜਾ ਕੇ ਦੇਖ ਲਓ ਨਿਊਜ਼ ਦੇਖ ਲਓ ਇੱਕ ਚੀਜ਼ ਬੜੀ ਬਾਦਰ ਕਰ ਰਹੀ ਹੈ ਔਰ ਮੇਰੇ ਜਿਹੜੇ ਗਰੁੱਪ ਆਫ ਪੀਪਲ ਨੇ ਜਿਹੜੇ ਮੇਰਾ ਜਿਹੜਾ ਸਰਕਲ ਹੈ ਉਹਦੇ ਵਿੱਚ ਕਾਫੀ ਡਿਸਕਸ਼ਨ ਵੀ ਇਸ ਚੀਜ਼ ਦੀ ਬਹੁਤ ਚੱਲ ਰਹੀ ਹੈ ਕਿ ਆਪਾਂ ਵੈਸਟਰਨ ਵਰਲਡ ਨੂੰ ਛੱਡ ਦਈਏ ਮਾਬਾਪ ਪਸਾਰੀ ਉਮਰ ਲਗਾ ਦਿੰਦੇ ਮੈਂ ਸਾਰੇ ਮਤਲਬ 99% ਮਾਬਾਪ ਦੀ ਗੱਲ ਕਰ ਰਿਹਾ 1% ਹੁੰਦੇ ਜਿਹੜੇ ਕਿ ਹਰੇਕ ਕੁਝ ਹਾਲਾਤ ਹੁੰਦੇ ਆ ਜਿਹੜੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਹਾਲਾਤ ਤੇ ਛੱਡ ਦਿੰਦੇ ਔਰ ਕੁਝ ਮਾਪੇ ਦੇ ਵਿੱਚ ਵੀ ਕਿਤਨਾ ਕਿਤੇ ਕੋਈ ਕਮੀ ਰਹਿ ਜਾਂਦੀ ਚਲੋ ਆਪਾਂ ਉਧਰ ਨਹੀਂ ਜਾਂਦੇ ਗੱਲ ਹੈ ਕਿ 99% ਮਾਪੇ ਜਿਹੜੇ ਆ ਆਪਣੀ ਵਾਹ ਲਾ ਦਿੰਦੇ ਸਾਰੀ ਉਮਰ ਕਿ ਮੇਰਾ ਬੱਚਾ ਜੋ ਹੈ ਜਾਂ ਬੱਚਾ ਬੱਚੀ ਜੋ ਵੀ ਆਪਾ ਹੋ ਜੈਂਡਰ ਦੀ ਗੱਲ ਨਹੀਂ ਕਰ ਰਹੇ ਕਿ ਮੈਂ ਇਹਦੇ ਲਈ ਬੈਸਟ ਕਰਕੇ ਜਾਵਾਂ ਜਿਸ ਦਿਨ ਇਸ ਦੁਨੀਆ ਤੋਂ ਰੁਖਸਤ ਹੁੰਦਾ ਇਹ ਬੱਚਾ ਮੇਰਾ ਬੈਸਟ ਐਸਟੈਬਲਿਸ਼ਡ ਹੋਵੇ ਚਾਹੇ ਇਹਦੇ ਕੋਲ ਬਿਜ਼ਨਸ ਹੋਵੇ ਜਾਂ ਚੰਗੀ ਨੌਕਰੀ ਤੇ ਹੋਵੇ ਔਰ ਇਹਦਾ ਕਾਰੋਬਾਰ ਵਧੀਆ ਚੱਲਦਾ ਹੋਵੇ ਔਰ ਕਈ ਵਾਰ ਮਾਪੇ ਆਪ ਦਾ ਲੌਨ ਵੀ ਚੱਕਦੇ ਪੜਾਉਣ ਵਾਸਤੇ ਹੈ ਬਿਜ਼ਨਸ ਵਾਸਤੇ ਔਰ ਫਿਰ ਕਹਿੰਦੇ ਕਿ ਆਪ ਦੇ ਜੀਂਦੇ ਜੀ ਜਿਹਨੇ ਚਾ ਸਾਡਾ ਸ਼ਰੀਰ ਚੱਲਦਾ ਸੀ ਕੰਮ ਕਰਕੇ ਲੌਨ ਵੀ ਲਾ ਦੀ ਤਾਂ ਕਿ ਇਹਨੂੰ ਜਿਆਦਾ ਕੋਈ ਤਕਲੀਫ ਨਾ ਹੋਵੇ ਬਹੁਤ ਚੰਗੀ ਗੱਲ ਹੈ ਮਾਪੇ ਦਾ ਫਰਜ਼ ਵੀ ਬਣਦਾ ਹੈ ਕਰਨਾ ਵੀ ਚਾਹੀਦਾ ਪਰ ਦੁੱਖ ਇਸ ਗੱਲ ਦਾ ਹੋ ਗਿਆ ਕਿ ਲੇਟਲੀ ਲੇਟਲੀ ਇੱਕ ਟ੍ਰੈਂਡ ਬਣ ਗਿਆ ਮਾਡਰਨਿਟੀ ਆਪਾਂ ਆਧੁਨਿਕਤਾ ਵੱਲ ਇੰਨਾ ਵਧ ਗਏ ਕਿ ਉਹ ਆਧੁਨਿਕਤਾ ਦਾ 파ਟ ਮੰਗ ਗਿਆ ਕਿ ਹਮਾਰੇ ਤੋਂ ਜੀ ਪਾਪਾ ਔਰ ਮੰਮੀ ਜੋ ਹੈ ਹਮਾਰੇ ਤੋਂ 올ਡ एज ਮੈਂ ਉਨਕੋ ਰੱਖਾ ਹੋਇਆ ਮੈਂ ਜਾ ਕੇ ਮਿਲ ਕੇ ਆਤਾ ਹੂੰ ਔਰ ਆ ਚੀਜ਼ ਇੰਨਾ ਜੋਰ ਫੜ ਰਹੀ ਹੈ ਉਸ ਚੀਜ਼ ਨੂੰ ਆਪਾਂ ਫੈਸ਼ਨ ਬਣਾ ਲਿਆ ਮੈਂ ਗੱਲ ਆਪਾਂ ਵੈਸਟਰਨ ਵਰਲਡ ਨੂੰ ਛੱਡ ਦੀ ਬੀਜੀ ਹੁੰਦੇ ਆ ਪਰ ਚੰਗੀਆਂ ਫੈਮਿਲੀਆਂ ਦੇ ਜਿਹੜੇ ਪੇਰੈਂਟਸ ਹੁੰਦੇ ਕਦੇ ਵੀ 올ਡ एज ਹੋਮ ਚ ਜਾਂ ਕਿਸੇ ਕੇਅਰ ਹੋਮ ਚ ਨਹੀਂ ਜਾਂਦੇ ਪਰ ਬਖਰੀ ਗੱਲ ਆਪਾਂ ਮੈਂ ਗੱਲ ਕਰ ਰਿਹਾ ਇੰਡੀਆ ਸਬਕਾਂਟਿਨੈਂਟ ਦੀ ਦੁੱਖ ਇਸ ਗੱਲ ਦਾ ਹੋਇਆ ਦਰਸ਼ਕੋ ਕਿ ਖਾਸ ਕਰਕੇ ਇੱਕ ਲਾਸਟ ਡੈਕੇਟ ਦੀ ਗੱਲ ਕਰੀਏ ਤਾਂ ਪਿਛਲੇ 10 ਸਾਲਾਂ ਦੀ ਹੈ 15 ਸਾਲਾਂ ਦੀ ਗੱਲ ਬੇਸ਼ੁਮਾਰ ਇਜ਼ਾਫਾ ਹੋਇਆ ਜਿਹੜੇ ਵਰਾਧ ਆਸ਼ਰਮ ਹੈ ਉਹਨਾਂ ਦਾ ਇਜ਼ਾਫਾ ਹੋਣ ਹੁਣ ਕਈ ਮੇਰੇ ਮਿੱਤਰ ਟਿੱਪਣੀ ਕਰਦੇ ਕਿ ਪਾਪੂਲੇਸ਼ਨ ਵੀ ਵਧੀਆ ਉਸ ਠੀਕ ਹੈ ਵਧੀਆ ਪਰ ਇੰਨੀ ਨਹੀਂ ਵਧੀ ਕਿ ਕਿਤੇ ਪੂਰੇ ਇੰਡੀਆ ਦੇ ਵਿੱਚ ਸੈਂਕੜਿਆਂ ਦੇ ਵਿੱਚ ਹੁੰਦੇ ਸੀ ਟੋਟਲ ਫਿਰ ਹਜ਼ਾਰਾਂ ਤੋਂ ਹੁਣ ਲੱਖਾਂ ਤੇ ਗੱਲ ਗਈ ਹੋਈ ਹੈ ਜੇ ਆਪਾਂ ਆਕੜਿਆਂ ਦੀ ਗੱਲ ਕਰੀਏ ਤਾਂ ਕੇਰਲਾ ਸਾਰ ਤੋਂ ਵੱਧ ਓਲਡੇਜ ਹੋਮ ਰੱਖਣ ਵਾਲਾ ਸਟੇਟ ਹੈਗਾ ਔਰ ਉਸ ਤੋਂ ਬਾਅਦ ਕਈ ਹੋਰ ਸਟੇਟ ਹੈਗੇ ਹੈ ਕੇਰਲਾ ਜਿੱਦ ਮੈਂ ਗਲਤਾਂ ਕੀਤੀ ਕਿ ਵੱਧ 올ਡੇਜ ਕਿਉਂ ਕਿ ਕਿਉਂਕਿ ਜੇ ਉਧਰ এডੂਕੇਸ਼ਨ ਸਾਖਰਤਾal ਗੱਲ ਕਰੀਏ ਤਾਂ ਉਹ ਸਭ ਤੋਂ ਜ਼ਿਆਦਾ ਪੜਿਆ ਲਿਖੀ ਸਟੇਟ ਬਣੀ ਜਾਂਦੀ ਹੈ ਇੰਡੀਆ ਦੇ ਵਿੱਚ ਇਹਦਾ ਮਤਲਬ ਪ੍ਰੈਕਟੀਕਲਿਟੀ ਤੁਹਾਡੇ ਇਮੋਸ਼ਨਸ ਤੇ ਇੰਨੀ ਜ਼ਿਆਦਾ ਹੈਵੀ ਹੋ ਗਈ ਕਿ ਤੁਸੀਂ ਆਪ ਦਾ ਫਰਜ਼ ਪਿੱਛੇ ਛੱਡਤਾ ਤੇ ਆਪਾਂ ਇੱਕ ਟ੍ਰੈਂਡ ਬਣਾ ਲਿਆ ਕਿ ਹਾਂ ਜੀ ਅਸੀਂ ਉਹਨਾਂ ਨੂੰ ਉੱਥੇ ਛੱਡ ਕੇ ਆਉਣਾ ਮਾਂ ਬਾਪ ਨੂੰ ਆ ਦੋ ਕਿਸ ਗੱਲ ਦਾ ਹੋਇਆ ਕਿ ਸਾਡੀ ਪੰਜਾਬ ਜਿਹੜੀ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਉਹਦੇ ਉੱਤੇ ਵੀ ਬੇਸ਼ੁਮਾਰ ਇਜ਼ਾਫਾ ਹੋਇਆ ਹੋਰ ਦੇਸ ਕੱਲ ਵੱਡੇ ਸ਼ਹਿਰਾਂ ਦੀ ਛੱਡ ਕੇ ਪਿੰਡਾਂ ਨੂੰ ਤੁਰ ਪਈਏ ਮੈਂ ਆਪਾਂ ਗੱਲ ਕਰੀਏ ਪਿੰਡ ਮੈਂ ਕੱਲੇ ਪੰਜਾਬ ਦੀ ਗੱਲ ਤਾਂ ਕਰ ਰਿਹਾ ਕਿਉਂਕਿ ਅੱਜ ਆਪਣੇ ਨਾਲ ਮਹਿਮਾਨ ਬਣੇ ਹੋਏ ਨੇ ਜਿਹੜੇ ਕਿ ਇੱਕ ਬਹੁਤ ਵਧੀਆ ਪ੍ਰਸਤuti ਲੈ ਕੇ ਆ ਰਹੇ ਉਹਦੀ ਆਪਾਂ ਗੱਲ ਠਰ ਕੇ ਕਰਦੇ ਹਾਂ ਮੈਂ ਜਿਹੜੇ ਏਰੀਆ ਨਾਲ ਬਿਲੋਂਗ ਕਰਦਾ ਆ 올ਡੇਜਾ ਉੱਥੇ ਵੀ ਹੈਗੇ ਆ ਔਰ ਉਹਨਾਂ ਨੂੰ ਬੜੀ ਛੇਤੀ ਤੁਹਾਡੇ ਰੂਬਰੂ ਵੀ ਕਰੂੰਗਾ ਪਰ ਉਹ ਹੈਗੇ ਕਿ ਜ਼ਰੂਰਤਮੰਦ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਨਹੀਂ ਹੁੰਦਾਗਾ ਬਟ ਅਗੇਨ ਮੈਂ ਪੰਜਾਬ ਦੀ ਗੱਲ ਕਰ ਰਿਹਾ ਜਿਹੜੇ ਕਿ વૃਧਾ ਆਸ਼ਰਮ ਇੰਨੇ ਜ਼ਿਆਦਾ ਖੁੱਲ ਰਿਹਾ ਕੁਝ ਕਹ ਰਿਹਾ ਕਿ ਇੱਕ ਇੱਕ ਬਿਜ਼ਨਸ ਟ੍ਰੈਂਡ ਹੈ ਠੀਕ ਹੈ ਹੋਊਗਾ ਕਿ ਇਸ ਦਾ ਬਿਜ਼ਨਸ ਟ੍ਰੈਂਡ ਪਰ ਬਿਜ਼ਨਸ ਦੁਕਾਨ ਤੇ ਹੱਟੀ ਤੇ ਉਹੀ ਚੀਜ਼ ਮਿਲਦੀ ਹੈ ਜਿਹਦੀ ਡਿਮਾਂਡ ਹੋਵੇ ਠੀਕ ਹੈ ਨਾ ਇਹਦਾ ਮਤਲਬ ਆਪਣੇ ਦੇ ਵਿੱਚ ਪਹਿਲਾਂ ਵੱਡੇ ਸ਼ਹਿਰਾਂ 'ਚ ਹੁੰਦਾ ਸੀ ਹੁਣ ਪਿੰਡਾਂ 'ਚ ਰੋਜ਼ਾਨ ਬਣ ਗਿਆ ਕਿ ਅਸੀਂ ਜੀ ਨੌਕਰੀ ਪੇਸ਼ਾ ਹੋ ਗਏ ਸਾਨੂੰ ਖੇਤੀ ਵੀ ਦੇਖਣੀ ਪੈਂਦੀ ਆ ਤੇ ਬਜ਼ੁਰਗ ਜਿਹੜੇ ਹੈਗੇ ਆ ਇਹਨਾਂ ਦੀ ਜਾਦਾ ਕੇਅਰ 올ਡ 에ਜ ਹੋਣੀ ਯਾਨੀ ਬਰਧਾ ਆਸ਼ਰਮ ਦੇ ਵਿੱਚ ਹੁੰਦੀ ਹੈ ਉਹ ਬਜ਼ੁਰਗ ਦੇ ਦਿਲ ਦੇ ਉੱਤੇ ਕੀ ਵੀ ਇੱਛਾ ਹੋਊਗੀ ਜਿਹੜਾ ਸਾਰੀ ਉਮਰ ਉਸ ਵੇੜੇ ਦੇ ਵਿੱਚ ਰਿਹਾ ਹੋਵੇ ਉਹਨਾਂ ਖੇਤਾਂ ਦੇ ਵਿੱਚ ਜਾ ਕੇ ਤੁਹਾਡੇ ਲਈ ਕੰਮ ਕਰਦਾ ਰਿਹਾ ਹੋਵੇ ਉਹ ਮਾਤਾ ਤੁਹਾਡੇ ਲਈ ਚੁੱਲ੍ਹੇ ਤੇ ਰੋਟੀਆਂ ਪਕਾਉਂਦੀ ਰਹੀ ਹੋਵੇ ਤੁਹਾਨੂੰ ਸਕੂਲ ਭੇਜਦੀ ਰਹੀ ਹੋਵੇ ਤੁਹਾਨੂੰ ਹਰ ਚੀਜ਼ ਕਰਦੀ ਰਹੀ ਹੋਵੇ ਤੁਹਾਡੇ ਲਈ ਤੁ ਜਦੋਂ ਉਦੋਂ ਸਾਂਭਣ ਦਾ ਟਾਈਮ ਆ ਉਹ ਉਸ ਵੇੜਾ ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਅਖੀਰਲਾ ਟਾਈਮ ਸਾਡੇ ਘਰੇ ਦੇ ਘਰ ਦੇ ਵਿੱਚ ਹੋਵੇ ਇੱਕ ਹਿਊਮਨ ਨੇਚਰ ਹੈ ਠੀਕ ਹੈ ਪਰ ਉਹਨਾਂ ਨੂੰ ਫੋਰਸ ਕਰਕੇ ਪ੍ਰਦਾਸ਼ ਨੂੰ ਭੇਜ ਦਿੱਤਾ ਜਾਂਦਾ ਔਰ ਇਹ ਮੈਂ ਪ੍ਰੋਗਰਾਮ ਤਾਂ ਲੈ ਕੇ ਆਇਆ ਕਿ ਬਹੁਤ ਜ਼ਿਆਦਾ ক্লোਜ਼ਰਾਉਂਡ ਇੰਡੀਆ ਦੇ ਵਿੱਚ ਜਿਹੜਾ ਹੈਗਾ ਆ ਪਾਸੇ ਹੈਗਾ ਕਿ ਇਹ ਟ੍ਰੈਂਡ ਤੌਰ ਤੇ ਆ ਹੈਗਾ ਆਪਾਂ ਕਿਧਰ ਨੂੰ ਤੁਰ ਪਿਆ ਇੰਨੀ ਮਾਨਸਿਕਤਾ ਆਪਣੀ ਨਿਹਾਰਵਲ ਕਿਉਂ ਤੁਰ ਪਈ ਹੈ ਮੈਨੂੰ ਹੱਲੇ ਤੱਕ ਸਮਝ ਨਹੀਂ ਆਇਆ ਦਰਸ਼ਕੋ ਇੱਕ ਮੁਅਜ਼ਜ਼ਜ਼ ਮਹਿਮਾਨ ਨੇ ਛੋਟਾ ਵੀਰ ਹੈ ਬਹੁਤ ਵਧੀਆ ਪ੍ਰੋਗਰਾਮ ਆਪਾਂ ਮੇਖਿਆ ਆਪਾਂ ਪਿਛਲੇ ਸਾਲ ਕੀਤਾ ਸੀ ਜਾਂ ਕੁਝ ਮਹੀਨੇ ਪਹਿਲਾਂ ਕੀਤਾ ਸੀ ਜਿਹੜੇ ਮੇਰੇ ਵੀਰ ਨੇ ਇਹ ਕੀਰਤਨ ਵੀ ਬਹੁਤ ਸੋਹਣਾ ਕਰਦੇ ਸਮਾਜ ਸੇਵਾ ਉਦੋਂ ਵੀ ਵਧੀਆ ਕਰਦੇ ਤੇ ਇਹ ਆਪਦੀ ਮਾਤਾਂ ਨੂੰ ਬਹੁਤ ਸਲਾਵਾਦ ਪਟਿਆਲੇ ਮਿਲੇ ਸੀਗੇ ਉਹ ਸਾਰਾ ਪ੍ਰੋਗਰਾਮ ਤੁਹਾਡੇ ਲਈ ਰੱਖਿਆ ਸੀਗਾ ਔਰ ਤੁਹਾਡਾ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ ਅੱਜ ਇਹੀ ਵੀਰ ਤੇ ਨਿਹਾਰ ਪਰਿਵਾਰ ਵੱਲੋਂ ਇੱਕ ਛੋਟੀ ਜੀ ਲਘੂ ਫਿਲਮ ਜਾਂ ਨਾਟਕ ਲੈ ਕੇ ਆ ਰਿਹਾ ਹਾਂ ਸਵਾਗਤ ਜ਼ਿੰਦਗੀ ਸਵਾਗਤ ਜ਼ਿੰਦਗੀ ਮਤਲਬ ਰਦ ਆਸ਼ਰਮ ਚ ਜਿਹੜੇ ਆਉਂਦੇ ਆ ਉਹਨਾਂ ਨੂੰ ਖੁਸ਼ ਰੱਖਣ ਲਈ ਇਹ ਨਾਮ ਰੱਖਿਆ ਗਿਆ ਔਰ ਅਸੀਂ ਕਿਸੇ ਸ਼ਾਇਰ ਪਿੰਡ ਦਾ ਨਾਮ ਨਹੀਂ ਲੈ ਰਹੇ ਕਿ ਬੇਸਡ ਅਪਨ ਵੇਅਰ ਪਰ ਇੰਨਾ ਮੈਂ ਜ਼ਰੂਰ ਦੱਸ ਦਵਾਂ ਕਿ ਇਹ ਆ ਗੱਲਾਂ ਬਣਾਈਆਂ ਗਈਆਂ ਔਰ ਤੁਸੀਂ ਇਹ ਦੇਖਿਓ ਇਹ ਜਿਹੜਾ ਬਹੁਤ ਛੇਤੀ ਤੁਹਾਡੇ ਲਘੂ ਫਿਲਮ ਤੁਹਾਡੇ ਨਾਟਕ ਤੁਹਾਡੇ ਉੱਪਰ YouTube ਤੇ ਵੀ ਹੋਊਗਾ ਜਿੱਥੇ ਵੀ ਪਲੈਟਫਾਰਮ ਹੋਊਗਾ ਤੁਸੀਂ ਦੇਖਿਓ ਤੇ ਤੁਹਾਨੂੰ ਜ਼ਰੂਰ ਤੁਹਾਡੇ ਫਰਜ਼ਾਂ ਨੂੰ ਜ਼ਰੂਰ ਤੁਹਾਡੇ ਦਿਮਾਗ ਨੂੰ ਜ਼ਰੂਰ ਟੱਚ ਕਰੂਗਾ ਅਗੇਨ ਕਿਸੇ ਦੇ ਖਿਲਾਫ ਕੋਈ ਨਹੀਂ ਹੈ ਇਹ ਸਿਰਫ ਜਿਹੜਾ ਟ੍ਰੈਂਡ ਬਣ ਰਿਹਾ ਉਹਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਮੇਰੇ ਕਹਿਣ ਤੋਂ ਪਾਉ ਜਗਜੀਤ ਸਿੰਘ ਕਾਦੀਆਂ ਵੀਰ ਆਪਣੇ ਨਾਲ ਬਣਾ ਕਾਦੀਆਂ ਸਭ ਬਹੁਤ ਬਹੁਤ ਸਵਾਗਤ ਹੈ ਜਗਜੀਤ ਸਿੰਘ ਜੀ ਤੁਹਾਡਾ ਸਤਿ ਸ਼ਕਲ ਵੀਰ ਜੀ ਗੁਰਲਾਲ ਵੀਰ ਜੀ ਸਤਿ ਸ਼ਕਾ ਧੰਨਵਾਦ ਜੀ ਵੀਰ ਬਹੁਤ ਵੱਡਾ ਉਪਰਾਲਾ ਹੈ ਤੁਹਾਡਾ ਸਮਾਜ ਦੇ ਪ੍ਰਤੀ ਮਨੁੱਖਤਾ ਦੇ ਪ੍ਰਤੀ ਔਰ ਅਸੀਂ ਇਸ ਮੰਚ ਤੋਂ ਆਵਾਜ਼ ਚੱਕਦੇ ਰਹਿੰਨੇ ਐ ਇਸ ਚੀਜ਼ ਜੋ ਵੀ ਚੀਜ਼ ਜਿੰਨੀ ਵੀ ਹੋ ਸਕਦੀ ਹੈ ਸਾਡੀ ਸਮਾਜ ਵਾਸਤੇ ਮਨੁੱਖਤਾ ਵਾਸਤੇ ਔਰ ਮੈਨੂੰ ਖੁਸ਼ੀ ਹੋਈ ਕਿ ਤੁਸੀਂ ਇਹ ਪੇਸ਼ਕਸ਼ ਲੈ ਕੇ ਆ ਰਹੇ ਹੋ ਸਵਾਗਤ ਜ਼ਿੰਦਗੀ ਅ ਪਹਿਲਾਂ ਤੁਹਾਨੂੰ ਦੱਸੋ ਕਿ ਕੀ ਵਾਪਰਾ ਕੀ ਪਾਣਾ ਕੀ ਵਾਪਰਿਆ ਤੁਹਾਨੂੰ ਕੀ ਲੱਗਾ ਕਿ ਆ ਇੰਨੀ ਕਿ ਪੇਸ਼ਕਸ਼ ਜਿਹੜੀ ਹੈ ਜ਼ਰੂਰੀ ਹੈ ਇਸ ਟਾਈਮ ਸਮਾਜ ਦੇ ਵਾਸਤੇ ਅਹ ਦੇਖੋ ਗੁਰਲਾਲ ਜੀ ਜਿਹੜੇ ਪਿਛਲੇ ਸਮੇਂ ਮੈਂ ਆਪਣੀ ਮਾਤਾ ਨੂੰ 35 ਸਾਲ ਬਾਅਦ ਮਿਲਿਆ ਜੀ ਔਰ ਸਟਾਰਟਿੰਗ ਦੇ ਵਿੱਚ ਮੈਂ ਪੇਰੈਂਟਸ ਤੋਂ ਜਿਹੜਾ ਉਹ ਮੇਰੇ ਪੇਰੈਂਟਸ ਨਹੀਂ ਕੀ ਉਹਨਾਂ ਨੂੰ ਮੈਂ ਹਮੇਸ਼ਾ ਮਿਸ ਕਰਦਾ ਰਿਹਾ ਹੂੰ ਔਰ ਹੁਣ 35 ਸਾਲ ਬਾਅਦ ਮਾਂ ਦੀ ਜਿਹੜੀ ਮੇਰੀ ਸਟੋਰੀ ਜਿਹੜੀ ਚਾਰੇ ਬਰਡ ਦੇ ਵਿੱਚ ਚੱਲੀ ਉਸ ਤੋਂ ਬਾਅਦ ਪੂਰੇ ਪੰਜਾਬ ਅੰਦਰ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਮਿਲਾਪ ਹੋਇਆ ਹੁਣ ਤੱਕ ਹੁੰਦਾ ਆ ਰਿਹਾ ਫੋਨ ਕਾਲਸ ਆਉਂਦੀਆਂ ਨੇ ਕਈ ਮਾਵਾਂ ਦੀਆਂ ਹੂੰ ਔਰ ਉਹ ਜਦੋਂ ਜਾ ਕੇ ਪੂਰੇ ਪੰਜਾਬ ਵਿੱਚ ਹੁਣ ਵਿੱਚਰਦਾਏ ਉਹਨਾਂ ਪਰਿਵਾਰਾਂ ਨੂੰ ਜਾ ਕੇ ਮਿਲਦਾ ਉਹਨਾਂ ਮਾਵਾ ਨੂੰ ਜਾ ਕੇ ਪੁੱਛਦਾ ਆ ਕਿ ਪ੍ਰੋਬਲਮ ਆ ਤਾਂ ਉਹਨਾਂ ਦੇ ਉਹ ਹਾਪ ਹਾਪ ਉਹਨਾਂ ਦੇ ਉਹ ਜੋ ਦੱਸ ਥੋੜੀ ਪਿਛੇ ਆਵਾਜ਼ ਘੱਟ ਹੋ ਸਕਦੀ ਜੀ ਕੋਸ਼ਿਸ਼ ਕਰਦੇ ਆ ਜੀ ਜੀ ਔਰ ਜਦੋਂ ਉਹਨਾਂ ਮਾਵਾ ਨੂੰ ਜਾ ਕੇ ਮਿਲਦੇ ਆ ਉਹਨਾਂ ਦੀ ਸਟੋਰੀ ਪੁੱਛੀ ਜਾਂਦੀ ਹੈ ਉਹ ਇੱਕ ਮਾਂ ਕਹਿੰਦੀ ਹੈ ਕਿ ਮੇਰਾ ਜਿਹੜਾ ਬੱਚਾ ਆ ਉਹ ਪੂਰਾ ਗੁਰਸਿੱਖਾ ਉਹ ਪਾਠ ਵੀ ਕਰਦਾ ਹੈ ਉਹ ਗੁਰਦੁਆਰੇ ਵੀ ਜਾਂਦਾ ਪਰ ਅੱਜ ਸਵੇਰੇ ਜਾਣ ਲੱਗਾ ਮੇਰੇ ਮੂੰਹ ਤੇ ਇੱਕ ਥੱਪੜ ਮਾਰ ਕੇ ਗਿਆ ਆਹ ਰੇ ਔਰ ਉਹ ਉਸ ਉਸ ਪੁੱਤ ਦਾ ਨਿਤਨੇਮ ਕੀਤਾ ਉਸ ਪੁੱਤ ਦਾ ਗੁਰਦੁਆਰੇ ਜਾਇਆ ਮੇਰੇ ਹਿਸਾਬ ਨਾਲ ਤੇ ਵਹਿਰਥਾ ਜੇ ਤੁਸੀਂ ਮਾਪੇ ਨੂੰ ਘਰ ਦੇ ਵਿੱਚ ਸਹੀ ਤਰ੍ਹਾਂ ਨਹੀਂ ਡੀਲ ਕਰ ਰਹੇ ਹੂੰ 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 ਔਰ ਇਦਾਂ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਮਤਲਬ ਇੱਕ ਤੁਸੀਂ ਗੱਲ ਕੀਤੀ ਹੈ ਕਿ ਬਿਰਧ ਆਸ਼ਰਮ ਜਿਹੜੇ ਬਹੁਤ ਵੱੰ ਰਹੇ ਆ ਬਿਰਧ ਆਸ਼ਰਮ ਪੰਜਾਬ ਦੇ ਵਿੱਚ ਅਜੇ ਬਹੁਤ ਘੱਟ ਨੇ ਅਸੀਂ ਕੋਸ਼ਿਸ਼ ਕਰਾਂਗੇ ਔਰ ਅਰਦਾਸ ਵੀ ਕਰਾਂਗੇ ਗੁਰੂ ਸਾਹਿਬ ਅਗੇ ਕਿ ਅੱਗੇ ਨਾ ਬਣਨ ਹਾਂ ਬਟ ਬਿਰਧ ਆਸ਼ਰਮ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਪੇਰੈਂਟਸ ਦੇ ਨਾਲ ਜਿਹੜਾ ਉਹਨਾਂ ਦਾ ਬਣਦਾ ਮਾਨ ਸਤਕਾਰ ਉਹ ਨਹੀਂ ਮਿਲ ਰਿਹਾ ਹਾਂ ਹਾਂ ਘਰਾਂ ਦੇ ਵਿੱਚ ਉਹਨਾਂ ਦੇ ਨਾਲ ਇਹੋ ਜਿਹਾ ਮਾੜਾ ਸਲੂਕ ਹੋ ਰਿਹਾ ਜਿਹੜੇ ਅਸੀਂ ਤੁਹਾਨੂੰ ਲਾਈਵ ਕੈਮਰੇ ਦੇ ਉੱਤੇ ਦੱਸ ਵੀ ਨਹੀਂ ਸਕਦੇ ਕਿ ਮਾਪਿਓ ਨਾਲ ਕੀ ਉਹ ਕਰਦੇ ਨੇ ਔਰ ਇਥੋਂ ਤੱਕ ਕਿ ਕਈ ਬੱਚਿਆਂ ਨੇ ਆਪਣੇ ਮਾਪੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਆ। ਅ ਕਾਦੀਨ ਸਾਹਿਬ ਜਾਰੀ ਰੱਖੋ ਕਿਦਾਂ ਦਿਮਾਗ ਦੇ ਵਿੱਚ ਆਇਆ ਆਪਾਂ ਗੱਲਾਂ ਹੋਰ ਚ ਪੈ ਗਏ ਸੀ ਪਿਛਲੀ ਵਾਰ। ਜੀ। ਅ ਜੀ ਇਸ ਤਰ੍ਹਾਂ ਹੀ ਫਿਰ ਜਦੋਂ ਇਸ ਤਰ੍ਹਾਂ ਦੀਆਂ ਕਹਾਣੀਆਂ ਮੈਂ ਜਾ ਕੇ ਪਰਿਵਾਰਾਂ ਦੇ ਵਿੱਚ ਕਈ ਮਾਵਾ ਨੂੰ ਮਿਲਿਆ। ਔਰ ਜਿੱਥੇ ਮੈਂ 35 ਸਾਲ ਬਾਅਦ ਆਪਣੀ ਮਾਂ ਨੂੰ ਮਿਲਿਆ ਹੁਣ ਇਸ ਟਾਈਮ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਨੂੰ ਪੰਜਾਬ ਦੀਆਂ ਪਤਾ ਨਹੀਂ ਪੂਰੇ ਵਰਲਡ ਦੀਆਂ ਕਿੰਨੀਆਂ ਮਾਵਾ ਦਾ ਹੋਰ ਪਿਆਰ ਮਿਲਿਆ। ਜੀ। ਜਿਹੜੀਆਂ ਕਿਤੇ ਨਾ ਕਿਤੇ ਅ ਕੁਝ ਕਾਰਨਾ ਕਰਕੇ ਦੁਖੀ ਸੀਗੇ। ਹਾਂ ਹਾਂ। ਔਰ ਇਹ اچانک ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਆਪਾਂ ਕੁਛ ਨਾ ਕੁਛ ਮੋਟੀਵੇਸ਼ਨਲ ਸੁਨੇਹਾ ਜਿਹੜਾ ਆ ਇੱਕ ਨਾਟਕ ਦੇ ਰੂਪ ਦੇ ਵਿੱਚ ਜਿਹੜਾ ਸਰਲ ਤਰੀਕੇ ਨਾਲ ਕਿਸੇ ਨੂੰ ਸਮਝ ਆਏ ਤੇ ਅਸੀਂ ਉਸ ਤਰੀਕੇ ਦੇ ਨਾਲ ਇੱਕ ਛੋਟੀ ਕਹਾਣੀ ਜਿਹੜੀ ਬਣਾ ਕੇ ਉਹ ਪੇਸ਼ ਕਰੀਏ ਜਿਹਦੇ ਵਿੱਚ ਮਾਪਿਓ ਦਾ ਸਤਿਕਾਰ ਆਪਣੇ ਬਜ਼ੁਰਗਾਂ ਦਾ ਸਤਿਕਾਰ ਜਿਹੜਾ ਉਹ ਕਿਸ ਤਰ੍ਹਾਂ ਕਰਨਾ ਆ ਕੁਛ ਨਾ ਕੁਛ ਹਲੂਣਾ ਜਿਹੜਾ ਆ ਆਪਾਂ ਦੇ ਸਕੀਏ ਇਸ ਤਰੀਕੇ ਫਿਰ ਸਾਡੇ ਪਰਿਵਾਰ ਨੇ ਇੱਕ ਸੋਚਿਆ ਕਿ ਆਪਾਂ ਕੁਝ ਸੁਨੇਹਾ ਜ਼ਰੂਰ ਦੇਈਏ ਸਟੋਰੀ ਰਾਹੀਂ ਹੂੰ 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 ਜੀ ਤੇ ਜਗਜੀਤ ਸਿੰਘ ਜੀ ਮੈਨੂੰ ਇਹ ਦੱਸੋ ਕਿ ਜਿਹੜੀਆਂ ਰਿਪੋਰਟਾਂ ਖਾਸ ਵਧੀਆ ਨਹੀਂ ਆਪਾਂ ਵੱਡੇ ਸ਼ਹਿਰਾਂ ਨੂੰ ਉਂਗਲਾ ਚੱਕ ਲੈਨੇ ਆ ਕਿ ਪ੍ਰੈਕਟੀਕੈਲਿਟੀਲ ਵੱਧ ਕੇ ਦੀਏ ਤੇ ਉਹ ਪਰ ਜਿਹੜਾ ਪਿੰਡਾਂ ਦਾ ਹਾਲ ਹੈ ਤੁਸੀਂ ਪਿੰਟੂ ਤੁਸੀਂ ਵਿਲੇਜ ਟੂ ਵਿਲੇਜ ਜਾਣੇ ਹੋ ਉੱਥੇ ਮੈਨੂੰ ਹਾਲਾਤ ਦੱਸੋ ਖਾਸ ਕਰਕੇ ਜਿਹੜੇ ਏਰੀਆ 'ਚ ਤੁਸੀਂ ਰਹਿ ਰਹੇ ਹੋ ਥਰੂਆਊਟ ਪੰਜਾਬ 'ਚ ਕੀ ਹਾਲ ਚਾਲ ਹੈ ਜੀ ਗੁਰਲਾਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਥੋਂ ਤੱਕ ਕਹਿ ਸਕਦਾ ਆ ਕਿ ਫਿਲਹਾਲ ਆਪਾਂ ਐਨਜੀਓ ਬਣਾਈਆਂ ਹੋਈਆਂ ਨੇ ਕਿਸੇ ਦੀ ਮਦਦ ਕਰਨ ਵਾਸਤੇ ਜੀ ਕੋਈ ਨਾ ਕੋਈ ਐਨਜੀਓਸ ਜੜੀਆਂ ਬਣੀਆਂ ਹੋਈਆਂ ਨੇ ਕਿ ਪੰਜਾਬ ਦੇ ਵਿੱਚ ਹਰ ਕੋਈ ਕੋਈ ਵਰਕ ਕਰਦਾ ਕੋਈ ਕੁਦਰਤੀ ਆਫਤਾਂ ਤੇ ਕੰਮ ਕਰਦਾ ਆ ਕੋਈ ਬਲੱਡ ਨੇਸ਼ਨ ਤੇ ਕੰਮ ਕਰਦਾ ਆ ਔਰ ਹੁਣ ਹਾਲਾਤ ਇਹ ਨੇ ਕਿ ਜਿਹੜੇ ਬੱਚੇ ਨੇ ਉਹ ਫੋਰਨ ਦੇ ਵਿੱਚ ਸੈਟਲ ਹੋ ਚੁੱਕੇ ਨੇ ਔਰ ਮਾਤਾ ਪਿਤਾ ਇਕੱਲੇ ਇੱਥੇ ਨੇ ਬਜ਼ੁਰਗ ਹੂੰ ਮੈਂ ਖੁਦ 10 15 ਇਹੋ ਜਿਹੇ ਬਜ਼ੁਰਗਾਂ ਨੂੰ ਦੇਖਭਾਲ ਦੇਖ ਰਿਹਾ ਵਾਂ ਜਿਹੜੇ ਸਿਰਫ ਤੇ ਸਿਰਫ ਇਕੱਲੇ ਘਰ ਦੇ ਵਿੱਚ ਨੇ ਆਪ ਹੀ ਰੋਟੀ ਬਕਉਂਦੇ ਤੇ ਆਪ ਹੀ ਰਹਿ ਰਹੇ ਔਰ ਕਈ ਇਹੋ ਜਿਹੇ ਡੈੱਡ ਬਾਡੀਜ਼ ਦੇ ਆਪਾਂ ਸੰਸਕਾਰ ਕਰ ਚੁੱਕੇ ਆ ਜਿਨ੍ਹਾਂ ਦਾ ਕੋਈ ਵਾਰੀ ਵਾਰਸ ਨਹੀਂ ਉਹ ਕਹਿੰਦੇ ਕਿ ਆਪਾਂ ਆ ਹੀ ਨਹੀਂ ਸਕਦੇ ਹੂੰ ਔਰ ਆਉਣ ਵਾਲੇ ਸਮੇਂ ਦੇ ਵਿੱਚ ਗੁਰਲਾਲ ਜੀ ਸਾਨੂੰ ਇਹੋ ਜਿਹੇ ਐਨ ਜੀਓਜ਼ ਬਣਾਉਣੀਆਂ ਪੈਣਗੀਆਂ ਜਿਹੜੀਆਂ ਬਜ਼ੁਰਗਾ ਦੀਆਂ ਲਾਸ਼ਾਂ ਦਾ ਸੰਸਕਾਰ ਕਰ ਸਕਣ ਵਾਓ ਅਸੀਂ ਇਹ ਹਾਲਾਤ ਕਰੋਨਾ ਪੀਰੀਅਡ ਦੇਖੇ ਸੀਗੇ ਤੁਸੀਂ ਬਡੇ ਸ਼ਹਿਰਾਂ ਦਾ ਹਾਲ ਦੇਖਿਆ ਹੋਣਾ ਕੀ ਸੀਗਾ ਕਿ ਲਾਈਨਾਂ ਲੱਗੀਆਂ ਹੋਈਆਂ ਨੇ ਲੱਕੜਾਂ ਪੂਰੀਆਂ ਨਹੀਂ ਆ ਰਹੀਆਂ ਔਰ ਜਿਹੜੇ ਸਸਕਾਰ ਕਰਨ ਵਾਲੇ ਉਹ ਵੇਟ ਕਰ ਰਹੇ ਕਿ ਕਦੋਂ ਸਾਡਾ ਨੰਬਰ ਆਵੇ ਔਰ ਇਸ ਤੋਂ ਤੱਕ ਹਲਾਤ ਹੋ ਗਏ ਸੀ ਕਿ ਲੋਕ ਲਾਸ਼ਾਂ ਚੱਕ ਨਹੀਂ ਰਹੇ ਸੀ ਵੱਡੀਆਂ ਬਿਲਡਿੰਗਾਂ ਦੇ ਵਿੱਚ ਦਿੱਲੀ ਆ ਬੰਬੇ ਦੀ ਗੱਲ ਕਰੀਏ ਖਾਸ ਕਰਕੇ ਦਿੱਲੀ ਦੀ ਬੰਬੇ کافی ਵਿਚਾਰ ਰਿਹਾ ਤੇ ਲਾਸ਼ਾਂ ਨਹੀਂ ਚੱਕ ਰਹੇ ਸੀ ਔਰ ਜਿਹੜੇ ਬੱਚੇ ਸੀਗੇ ਉਹ ਕਹਿ ਰਹੇ ਸੀ ਕਿ ਸਾਡੇ ਮਾਪਿਓ ਹੈ ਡੈਥ ਹੋ ਗਈ ਹੈ ਠੀਕ ਹੈ ਜੀ ਤੁਸੀਂ ਐਨ ਜੀਓ ਵਾਲੇ ਸਸਕਾਰ ਕਰ ਦਿਓ ਅਸੀਂ ਨਹੀਂ ਆ ਸਕਦੇ ਔਰ ਮੈਂ ਖੁਦ ਕੀਤੇ ਹੋਏ ਆ ਵਾਓ ਵਾਓ ਮਤਲਬ ਸਾਡਾ ਜਿਹੜਾ ਕਿਰਦਾਰ ਹੈ ਇੱਥੇ ਇੱਕ ਤੱਕ ਦਾ ਹੈਗਾ ਆ ਠੀਕ ਹੈ ਨਾ ਉਹਦਾ ਆਪਾਂ ਚਲੋ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿਉਂਕਿ ਮੈਂ ਆਪਸੇ ਸਿੱਖੀ ਰੂਪ ਚ ਨਹੀਂ ਮੈਂ ਕਿਸੇ ਤੇ ਉਂਗਲੀ ਨਹੀਂ ਚੱਕ ਸਕਦਾ ਮੇਰੇ ਨਾਲੋਂ ਸਾਰੇ ਚੰਗੇ ਆ ਗੁਰਦ왈 ਜੀ ਅੰਦਰੋਂ ਸਿੱਖੀ ਅੰਦਰੋਂ ਹੈ ਹਾਂ ਜੀ ਇਨਸਾਨੀਅਤ ਤੇ ਖੜੇ ਚ ਕੋਈ ਦੂਰ ਨਹੀਂ ਹੈ ਬਿਲਕੁਲ ਸਰ ਮੈਨੂੰ ਇਹ ਦੱਸੋ ਵੀ ਤੁਸੀਂ ਵਿਚਰੇ ਹੋ ਜਿੱਦਾਂ ਤੁਹਾਡਾ ਬਹੁਤ ਤੁਹਾਡਾ ਐਕਸਪੀਰੀਅੰਸ ਆ ਕਾਦੀਆ ਸਾਹਿਬ ਕੀ 35 ਸਾਲ ਬਾਅਦ ਆਪਦੀ ਮਦਰ ਨੂੰ ਮਿਲੇ ਕਾਰਨ ਕੋਈ ਵੀ ਰਹੇ ਉਹਨੇ ਆਪਾਂ ਉਧਰ ਨਹੀਂ ਜਾਂਦੇ ਗੱਲ ਹੈਗੀ ਆ ਕਿ ਜੀ ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਹੁੰਦਾ ਆ ਇਹ ਉਹ ਆਪਾਂ ਉਹ ਪਰਸਨਲ ਲਾਈਫ ਦੀ ਉਹਦੀ ਨਹੀਂ ਗੱਲ ਕਰ ਰਹੇ ਗੱਲ ਇਹ ਹੈਗੀ ਆ ਆਹ ਆ ਚੀਜ਼ ਅਨਿਗਾਰ ਕਿਉਂ ਆਇਆ ਰੂਟ ਕਾਸ ਕੀ ਹੈ ਦੀ ਤੁਸੀਂ ਫਿਰਦੇ ਹੋ ਪਿੰਡ ਤੋਂ ਪਿੰਡ ਲੋਕਾਂ ਨਾਲ ਤੁਸੀਂ ਦੀਵਾਨ ਵੀ ਲਾਉਨੇ ਕੀਰਤਨ ਵੀ ਕਰਦੇ ਹੋ ਹੋਰ ਵੀ ਦੇਖਦੇ ਆ ਕਿ ਪਿਛਲੇ ਖਾਸ ਕਰਕੇ 10 15 ਸਾਲਾਂ ਤੋਂ ਤਾਂ ਬਹੁਤ ਕੰਮ ਵੱਧ ਗਿਆ ਹੈ ਤੁਹਾਨੂੰ ਕੀ ਲੱਗਦਾ ਕੀ ਇਹਦਾ ਕਾਰਨ ਕੀ ਆ ਗੁਰਲਾਲ ਜੀ ਆਉਣ ਵਾਲੇ ਸਮੇਂ ਚ ਹੋਰ ਵਧੇਗਾ ਔਰ ਸਾਨੂੰ ਇਹ ਮੰਨਣੀ ਪਾਉਗੀ ਚੀਜ਼ ਇਹਦੇ ਦੋ ਕਾਰਨ ਮੈਂ ਮੰਨ ਰਿਹਾ ਇੱਕ ਤਾਂ ਆਧੁਨਿਕ ਜਿਹੜਾ ਤੁਸੀਂ ਗੱਲ ਕੀਤੀ ਵੀ ਆਧੁਨਿਕ ਜਿਹੜਾ ਯੁੱਗ ਹੁਣ ਸ਼ੁਰੂ ਹੋ ਗਿਆ ਇਹਨੂੰ ਅਸੀਂ ਪੂਰੀ ਤਰ੍ਹਾਂ ਨਾਲ ਐਕਸੈਪਟ ਨਹੀਂ ਕਰ ਪਾ ਰਹੇ ਹੂੰ 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 ਕਿਤੇ ਨਾ ਕਿਤੇ ਜਦੋਂ ਅਸੀਂ ਆਪਣੇ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਕਈ ਫੈਮਿਲੀਆਂਜ਼ ਨੂੰ ਜਾ ਕੇ ਮਿਲੇ ਆ ਕਈ ਮਾਵਾ ਨੂੰ ਪੁੱਛਿਆ ਕਿ ਕੀ ਪ੍ਰੋਬਲਮ ਆ ਹੂੰ ਔਰ ਇੱਕ ਮਾਂ ਨੇ ਜਦੋਂ ਇੱਕ ਦੱਸਿਆ ਕਿ ਮੇਰੇ ਪੁੱਤ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਹੁਣ ਸਾਡੇ ਸਾਰੇਆਂ ਦੇ ਮਨ ਚ ਆਇਆ ਕਿ ਉਹ ਪੁੱਤ ਜਿਹੜਾ ਹੈ ਉਹ ਬਹੁਤ ਜ਼ਿਆਦਾ ਗਲਤ ਆ ਭਾਵੇਂ ਮਾਂ ਜਿਸ ਤਰ੍ਹਾਂ ਦੀ ਮਰਜ਼ੀ ਆ ਉਹਨੇ ਆਪਣੇ ਮਾਂ ਦੇ ਕਿਉਂ ਥੱਪੜ ਮਾਰਿਆ ਪਰ ਜਦੋਂ ਅਸੀਂ ਦੂਸਰੇ ਪਾਸੇ ਜਾ ਕੇ ਉਸ ਪੁੱਤ ਨਾਲ ਗੱਲਬਾਤ ਕੀਤੀ ਉਸ ਨੌ ਨਾਲ ਗੱਲਬਾਤ ਕੀਤੀ ਉਸ ਪਰਿਵਾਰ ਨਾਲ ਮਿਲੇ ਹਾਂ ਹਾਂ ਪਰ ਕਿਤੇ ਨਾ ਕਿਤੇ ਫਿਰ ਉਹ ਮਾਵਾਂ ਦੀਆਂ ਗਲਤੀਆਂ ਵੀ ਨਿਕਲਦੀਆਂ ਕਮੀਆਂ ਦੋਨਾਂ ਪਾਸੇ ਸਮਝਣ ਦੀ ਲੋੜ ਆ ਇੱਕ 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 ਤਾਂ ਆਧੁਨਿਕ ਜੀਵਨ ਆ ਹੁਣ ਸਾਡੇ ਅੱਗੇ ਬੱਚੇ ਆ ਜਿੰਨਾ ਕ ਅਸੀਂ ਆਪਣੇ ਪੇਰੈਂਟਸ ਦਾ ਕਰ ਰਹੇ ਹਾਂ ਸਾੜਿਆਂ ਨੇ ਨਹੀਂ ਕਰਨਾ ਅੱਗੋਂ ਨਹੀਂ ਕਰਨਾ ਜੀ ਇਹ ਆਧੁਨਿਕ ਜੀਵਨ ਨੂੰ ਅਸੀਂ ਐਕਸੈਪਟ ਵੀ ਨਹੀਂ ਕਰ ਪਾ ਰਹੇ ਔਰ ਅਸੀਂ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਵੀ ਨਹੀਂ ਸਮਝ ਰਹੇ ਔਰ ਬੱਚੇ ਤਾਂ ਗਲਤ ਹੈ ਹੀ ਹੈ ਜਿੱਥੇ ਹੈ ਲੇਕਿਨ ਕਿਤੇ ਨਾ ਕਿਤੇ ਪੇਰੈਂਟਸ ਨੂੰ ਵੀ ਚਾਹੀਦਾ ਆਪਣੇ ਬੱਚਿਆਂ ਦੀਆਂ ਜ਼ਰੂਰ ਭਾਵਨਾਵਾਂ ਸਮਝਣ ਉਹ ਕੀ ਚਾਹੁੰਦੇ ਨੇ ਤੇ ਕਿੱਦਾਂ ਚਾਹੁੰਦੇ ਆ ਹਮ ਮੇਰੇ ਨਾਲ ਕਹਿਣ ਦਾ ਮਤਲਬ ਤੁਸੀਂ ਇਹ ਕਹ ਰਹੇ ਹੋ ਕਿ ਪਰਿਵਾਰਾਂ ਵਿੱਚ ਕੋਆਰਡੀਨੇਸ਼ਨ ਦੀ ਕਮੀ ਆ ਰਹੀ ਹੈ ਪਹਿਲਾਂ ਨਾਲੋਂ ਬਿਲਕੁਲ ਜੀ ਬਿਲਕੁਲ ਜੀ ਪਰ ਇਹ ਤੁਸੀਂ ਕਿੱਥੋਂ ਤੱਕ ਸਾਰਥਕ ਸਮਝਦੇ ਹੋ ਮਾਪੇ ਦੀ ਜਾਂ ਆਪ ਤੋਂ ਵੱਡੇ ਦੀ ਗਲਤੀ ਉਹਨਾਂ ਦੀ ਤਾਂ ਪਰ ਤੁਹਾਡਾ ਹੱਥ ਚੱਕਣਾ ਖਾਸ ਕਰਕੇ ਮਾਂ-ਬਾਪ ਬਹੁਤ ਤੁਸੀਂ ਕਿਤੇ ਤੱਕ ਕਰ ਤੱਕ ਅਗਲੇ ਤੁਸੀਂ ਕਹਿ ਸਕਦੇ ਹੋ ਅਗਲੇ ਕਹਿ ਸਕਦੇ ਹੋ ਚਾਹ ਮਾਯਾ ਬਾਪ ਆ ਜਾਂ ਕੋਈ ਆ ਕਹਿ ਸਕਦੇ ਹੋ ਭਾਈ ਤੁਸੀਂ ਇੱਥੇ ਗਲਤ ਹੋ ਪਰ ਹੱਥ ਝੁਕਣਾ ਤੁਸੀਂ ਇਹ ਆਪਣੇ ਜਿਹੜਾ ਹੈਗਾ ਆਪਣੇ ਜਿਹੜੇ ਕਿਰਦਾਰ ਆ ਆਪਣੇ ਜਿਹੜਾ ਆਚਰਣ ਆ ਜਾਂ ਆਪਣਾ ਖਾਸ ਕਰਕੇ ਜਿਹੜਾ ਪੰਜਾਬ ਦੀ ਰੀਤੀ ਰਿਵਾਜ ਹੈ ਜਾਂ ਇੰਡੀਆ ਦੇ ਜਿਹੜੇ ਆਪਣੇ ਆਪਣ ਸੰਸਕਾਰ ਦਿੱਤੇ ਜਾਂਦੇ ਆ ਉਹਦੇ ਵਿੱਚ ਤਾਂ ਇਹ ਕਿਤੇ ਕਿਤੇ ਵੀ ਨਹੀਂ ਰੱਖਦਾ ਗਿਆ ਕਿ ਤੁਸੀਂ ਆਪਦੇ ਹੱਥ ਚੁੱਕੋ ਕਿਸਦੇ ਉੱਤੇ ਸੋ ਬਿਲਕੁਲ ਜੀ ਬਿਲਕੁਲ ਬਹੁਤ ਮਾੜੀ ਗੱਲ ਹੈ ਹੱਥ ਚੁੱਕਣਾ ਔਰ ਹੱਥ ਚੁੱਕਣਾ ਤੇ ਬੜੀ ਦੂਰ ਦੀ ਗੱਲ ਹੈ ਅ ਪੇਰੈਂਟਸ ਨੂੰ ਕਤਲ ਕਰ ਦਿੱਤਾ ਗਿਆ ਕਈ ਥਾਵਾਂ ਤੇ ਨਿਊਜ਼ ਤੁਸੀਂ ਦੇਖੀ ਹੈ ਡੂ ਯੂ ਥਿੰਕ ਕਾਦੀਆ ਸਾਹਿਬ ਕੀ ਆ ਜਿਹੜਾ ਵੱਧਾ ਨਸ਼ਾ ਆ ਉਦੋਂ ਸੋਚਣੀ ਸਮਝਣੀ ਬੰਦੇ ਦੇ ਕੋਲ ਨਹੀਂ ਹੁੰਦੀਗੀ ਉਹ ਉਹਦੇ ਕੰਟਰੋਲ 'ਚ ਨਹੀਂ ਹੁੰਦੀ ਪਰ ਉਹ ਉਦੋਂ ਬਾਅਦ ਦੇ ਵਿੱਚ ਲੋਕ ਪਛਤਾਵਾ ਵੀ ਕਰਦੇ ਹੁਣੇ ਤੁਹਾਨੂੰ ਪਤਾ ਨਸ਼ਾ ਇਹਦੇ ਵਿੱਚ ਲੱਗਦਾ ਤੁਹਾਨੂੰ ਕਿ ਨਸ਼ਾ ਬਹੁਤ ਵੱਡਾ ਕਾਰਨ ਬਣ ਰਿਹਾ ਇਸ ਚੀਜ਼ ਦਾ ਅ ਨਸ਼ਾ ਵੀ ਕਾਰਨਕ ਹੋ ਸਕਦੇ ਆ ਪਰ ਤਕਰੀਬਨ ਜਿਹੜੇ ਪਰਿਵਾਰਾਂ ਨੂੰ ਮੈਂ ਮਿਲਿਆ ਉਹ ਜਿਹੜੇ ਆਪਣੇ ਪੇਰੈਂਟਸ ਨਾਲ ਇਦਾਂ ਦਾ ਸਲੂਕ ਕਰ ਰਹੇ ਉਹਨਾਂ 'ਚ ਨਸ਼ਾ ਨਹੀਂ ਸੀ ਹੈਗਾ ਹੂੰ ਅ ਨਸ਼ੇ ਦੀ ਕੋਈ ਇਹਦੇ ਚ ਮੈਂ ਜ਼ਿਆਦਾ ਨਹੀਂ ਮੰਨਦਾ ਨਸ਼ਾ ਵੀ ਇੱਕ ਹੈ ਕਾਰਨ ਬਟ ਚੰਗੇ ਭਲੇ ਵਧੀਆ ਐਜੂਕੇਟਿਡ ਜਿਹੜੇ ਆ ਪੁੱਤ ਫਿਰ ਆਪਣੇ ਪੇਰੈਂਟਸ ਨੂੰ ਜਿਹੜਾ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਆ ਰਹੇ ਆ ਹੂੰ ਤੋਂ ਮੈਂ ਦੇਖ ਰਿਹਾ ਸਾਰੇ ਜੀ ਅਰ ਹੁਣ ਤਾਂ ਮਾਹੌਲ ਇਦਾਂ ਦਾ ਅ ਇੱਕ ਉਹ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਕੁੱਤਾ ਰੋਵੇ ਚੁੱਪ ਕਰਾਂਗੀ ਦੁਨੀਆ ਦੇਖੀ ਮੈਂ ਹੂੰ ਬੰਦਾ ਰੋਵੇ ਹੋਰ ਰਵਾਉਂਦੀ ਦੁਨੀਆ ਦੇਖੀ ਮੈਂ ਹੂੰ ਜਿਉਂਦੇ ਜੀ ਮਾਪੇ ਨੂੰ ਪੁੱਛੀ ਨਾ ਜਿਸਨੇ ਰੋਟੀ ਮਰਨੇ ਪਿੱਛੋਂ ਪਿੰਡ ਰਜੌਂਦੀ ਦੁਨੀਆ ਦੇਖੀ ਮੈਂ ਵਾਹ ਜੀ ਵਾਹ ਜੀ ਇਹ ਉਹ ਅਪ ਸਾਡੇ ਸ਼ਬੀਲਾ ਲੰਗਰ ਸਾਰਾ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਬਹੁਤ ਵਧੀਆ ਹਮਮ ਬਟ ਘਰ ਦੇ ਵਿੱਚ ਸਾਡੇ ਕੀ ਆ ਉਹ ਆਪਾਂ ਦੇਖਦੇ ਨੇ ਸ਼ਬੀਲਾ ਦੀ ਗੱਲ ਕਰੀਏ ਕਾਦੀਆ ਸਾਹਿਬ ਤੁਸੀਂ ਉੱਥੇ ਹੋ ਤੁਸੀਂ ਕੀਰਤਨ ਕਰਨ ਵੀ ਜਾਣਦੇ ਹੋ ਪਾਠ ਕਰਨੇ ਵੀ ਜਾਣਦੇ ਹੋ ਖਾਸ ਕਰਕੇ ਆ ਜਿਹੜੇ ਮੋਹਰੇ ਦਿਨ ਆ ਰਹੇ ਆ ਸ਼ੀ ਦੀਦਿਆ ਦੇ ਦਿਨ ਆ ਰਹੇ ਆ ਤੁਸੀਂ ਇਹ ਦੇਖੋ ਕਿ ਉਹ ਕਿਹੜੇ ਹਾਲਾਤ ਹੋਣਗੇ ਜਦੋਂ ਸਾਬਜਾਦਿਆਂ ਨੂੰ ਟੀਆਂ ਵਿੱਚ ਚੁਣਿਆ ਗਿਆ ਮਾਤਾ ਗੁਜਰੀ ਜੀ ਆ ਪ੍ਰਾਣ ਤਿਆਗ ਗਏ ਵੱਡੇ ਸਾਬਜਾਦੇ ਉੱਧਰ ਹੋ ਗਏ ਕਿਹੜੇ ਹਾਲਾਤਾਂ ਵਿੱਚ ਕਿੰਨਾ ਦੁੱਖ ਹੋਰ ਕਿੰਨਾ ਯੂ ਨੋ ਵਿਰਾਗਮਈ ਟਾਈਮ ਸੀਗਾ ਉਸ ਟਾਈਮ ਤੇ ਆਪਾਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਾ ਰਹੇ ਬੌਂਟ ਇਹਨੇ ਆਪਾਂ ਪਕਵਾਨ ਪਕਾ ਰਹੇ ਟਾਇਰ ਛੱਟ ਕੇ ਬੱਸਾਂ ਰੋਕੇ ਅਗਲੇ ਨੂੰ ਰੱਜਿਆਂ ਨੂੰ ਰਜਾ ਰਹੇ ਉਹ ਤਾਂ ਕੋਈ ਵਿਰਾਗ ਵਾਲੀ ਗੱਲ ਤਾਂ ਹੋਈ ਹੀ ਨਹੀਂ ਤੁਸੀਂ ਇਹਦੇ ਪਾਸੇ ਬਿਲਕੁਲ ਜੀ ਮੈਂ ਕੈਲਕੂਲੇਟ ਕੀਤਾ ਪਿਛਲੇ ਦੌਰਾਨ ਸਾਡੇ ਇੱਥੇ ਇੱਕ ਨਗਰ ਕੀਰਤਨ ਲੰਗਦਾ ਆ ਮੈਂ ਉਹਦਾ ਜ਼ਿਕਰ ਲਾਈਵ ਨਹੀਂ ਕਰ ਸਕਦਾ ਹੂੰ ਹੂੰ ਉਹ ਲੰਗਰ ਜਿਹੜਾ ਆ ਉਹ ਇੱਕ ਨਗਰ ਕੀਰਤਨ ਜਿਹੜਾ ਆ ਉਹ ਉਹਦਾ ਡਿਸਟੈਂਸ ਤਕਰੀਬਨ ਹੋਏਗਾ ਜਿੱਥੇ ਸਮਾਪਤ ਹੁੰਦਾ ਆ ਵਿਦਨ 50 ਕਿਲੋਮੀਟਰ ਹੂੰ ਹੂੰ ਔਰ ਉਸ 50 ਕਿਲੋਮੀਟਰ ਦੇ ਵਿੱਚ ਮੈਂ ਅੰਦਾਜ਼ਾ ਇੱਕ ਦਿਨ ਆਪਾਂ ਸਾਰਾ ਸਰਵੇ ਕੀਤਾ 55 ਲੱਖ ਰੁਪਏ ਦੇ ਲੰਗਰ ਇੱਕ ਦਿਨ ਦੇ ਵਿੱਚ ਲੱਗੇ 55 ਲੱਖ ਰੁਪਏ ਦੇ 55 ਲੱਖ ਰੁਪਏ ਦੇ ਲੰਗਰ ਇੱਕ ਦਿਨ ਦੇ ਵਿੱਚ ਉਸ 55 50 ਕਿਲੋਮੀਟਰ ਦੀ ਰੇਂਜ ਦੇ ਵਿੱਚ ਔਰ ਇੱਕ ਡਿਸਟ੍ਰਿਕਟ ਦੇ ਵਿੱਚ ਸਿਰਫ 50 ਕਿਲੋਮੀਟਰ ਦਾ ਇੱਕ ਰੋਡ ਤੇ 55 ਲੱਖ ਰੁਪਏ ਦੇ ਲੰਗਰ ਲਗੇ ਕੀ ਉਸ 55 ਲੱਖ ਰੁਪਏ ਨਾਲ ਅਸੀਂ ਕੋਈ ਮੈਡੀਕਲ ਹਸਪੀਟਲ ਜਾਂ ਕੋਈ ਵਧੀਆ ਐਜੂਕੇਸ਼ਨ ਦਾ ਸਕੂਲ ਨਹੀਂ ਖੋਲ ਸਕਦੇ ਇਹ ਤਾਂ ਸਿਰਫ ਇੱਕ ਏਰੀਆ ਦੀ ਗੱਲ ਦੱਸਦੇ ਆ ਤੁਸੀਂ ਉੱਪਰਲਾ 2-3 ਲੱਖ ਰੁਪਏ ਮੰਨ ਲਓ ਮੰਨ ਲਓ ਕੋਈ ਨਗਰ ਕੀਰਤਨ ਜਾ ਰਿਹਾ ਸਿਰਫ ਦਾਲ ਫੁਲਕਾ ਦਾਲ ਫੁਲਕਾ ਤੇ ਜਲ ਉਹ ਕਰ ਲਓ ਦੋ ਤਿੰਨ ਬਾਕੀ ਦਾ 50 52 ਲੱਖ ਤੁਸੀਂ ਬਹੁਤ ਲੋੜਵੰਦ ਦੁਨੀਆ ਸਰ ਉਹ ਤੁਸੀਂ ਜਾ ਕੇ ਦੇਖੋ ਬਹੁਤ ਲੋੜਵੰਦ ਦੁਨੀਆ ਜਿਹੜੀ ਮਿਹਨਤ ਕਰ ਰਹੀ ਆ ਪਰ ਫਿਰ ਵੀ ਆਪਦੇ ਬੱਚਿਆਂ ਨੂੰ ਪੜਾਉਣ ਤੋਂ ਸਮਰੱਥ ਆ ਔਰ ਬੱਚੇ ਪੜਨਾ ਚਾਹ ਰਹੇ ਪੰਜਾਬ ਦਾ ਪੈਸਾ ਜਿਹੜਾ ਆ ਪੇਰੈਂਟਸ ਦਾ ਉਹ ਦੋ ਕਾਰਨਾ ਚ ਜਿਆਦਾ ਲੱਗ ਰਿਹਾ ਇੱਕ ਤਾਂ ਮੈਡੀਕਲ ਔਰ ਇੱਕ ਐਜੂਕੇਸ਼ਨ ਰਾਈਟ ਔਰ ਇਹ ਦੋਨੋਂ ਸਾਨੂੰ ਮਿਲ ਨਹੀਂ ਰਹੀਆਂ ਸਹੀ ਉਪਰ 1 ਲੱਖ ਤੁਸੀਂ ਕਹਿ ਦਿੰਦੇ ਵੀ ਜਿਹੜਾ ਬੱਚਾ ਹੋਣ ਆ ਰਿਹਾ ਪੜ੍ਹਨਾ ਚਾਹੁੰਦਾ ਆ ਮਜ਼ਦੂਰੀ ਕਰ ਰਿਹਾ ਉਹ ਆ ਕੇ ਪੂਰਾ ਖਰਚਾ ਲੈ ਜਵੇ 2-4 ਲੱਖ ਲੈ ਜਵੇ ਤੇ ਤੁਹਾਡੇ 10 ਬੱਚੇ ਆਰਾਮ ਨਾਲ ਪੜ ਜਾਣੇ ਸੀ ਉਹ ਕਿਤੇ ਨਾ ਕਿਤੇ ਸਮਾਜ ਨੂੰ ਉਹਨਾਂ ਨੇ ਕੁਝ ਬੈਕ ਦੇਣਾ ਸੀਗਾ ਬਿਲਕੁਲ ਅ ਕਦੀਰ ਸਾਹਿਬ ਆ ਜਿਹੜਾ ਤੁਸੀਂ ਲੰਗਰ ਦੀ ਗੱਲ ਕੀਤੀ ਇਹ ਆਊਟ ਆਫ ਸਬਜੈਕਟ ਚਲ ਜੂਗਾ ਆਪਾਂ ਬੈਕ ਉੱਥੇ ਆਈਏ ਜਿਹੜਾ ਫਰਦਾ ਆਸ਼ਰਮ ਹੈ ਬਿਲਕੁਲ ਜਿਹੜੀ ਆਪਾਂ ਗੱਲ ਕੀਤੀ ਸੀਗੀ ਕਿ ਇੰਨੇ ਨਹੀਂ ਹੈ ਪੰਜਾਬ 'ਚ ਪਰ ਮੈਂ ਆંકੜੇ ਪੜ ਰਿਹਾ ਸੀਗਾ ਨੰਬਰ 1 ਤੇ ਕੇਰਲਾ ਤੇ ਉਸ ਤੋਂ ਬਾਅਦ ਕਈ ਹੋਰ ਸਟੇਟ ਆ ਤੇ ਪੰਜਾਬ ਦੇ ਵਿੱਚ ਪਿਛਲੇ 10-15 ਸਾਲਾਂ ਤੋਂ ਇਜ਼ਾਫਾ ਹੋਇਆ ਵਧੀਆ ਕਿ ਬਿਜ਼ਨਸ ਸਟੈਂਡ ਵੀ ਵੱਧ ਰਿਹਾ ਆ ਜੀ ਗੁਰਲਾਲ ਜੀ ਸਾਰੇ ਇੱਕ ਤਰ੍ਹਾਂ ਦੇ ਨਹੀਂ ਨੇ ਪਰ ਬਹੁਤ ਜ਼ਿਆਦਾ ਐਨ ਜੀਓਜ਼ ਜਿਹੜੀਆਂ ਨੇ ਉਹ ਸਿਰਫ ਪੈਸੇ ਕਮਾਉਣ ਦਾ ਕਰਕੇ ਚੱਲ ਰਹੀਆਂ ਮੈਨੂੰ ਇਹ ਕਹਿਣ ਲੱਗਿਆ ਕੋਈ ਸ਼ਰਮ ਨਹੀਂ ਆ ਹਾਂ ਹਾਂ ਕਿਉਂਕਿ ਮੈਂ ਖੁਦ ਐਨ ਜੀਓ ਚਲਾ ਰਿਹਾ ਆ ਉਹ ਸਾਡੇ ਐਨ ਜੀਓ ਕੁਝ ਐਨ ਜੀਓ ਇਦਾਂ ਦੀਆਂ ਹੈ ਨਹੀਂ ਜਿਹੜੀਆਂ ਬਿਲਕੁਲ ਕਲੀਅਰ ਕੰਮ ਕਰ ਰਹੀਆਂ ਜਿਨ੍ਹਾਂ ਦੇ ਮਨ ਦੇ ਵਿੱਚ ਮਾਨਵਤਾ ਦੇ ਪ੍ਰਤੀ ਕੁਛ ਕਰਨ ਦੀ ਭਾਵਨਾ ਹੈ ਹੂੰ ਕਿ ਸੇਵਾ ਅਸੀਂ ਕਰਦੇ ਆ ਸਾਨੂੰ ਸੇਵਾ ਕਰਕੇ ਕੁਛ ਨਾ ਕੁਛ ਖੁਸ਼ੀ ਖੁਸ਼ੀ ਮਿਲਦੀ ਆ ਹੂੰ ਹੂੰ ਤਾਂ ਉਹ ਜਿਹੜੀ ਸੇਵਾ ਜਿਹੜੀ ਸਾਡੀ ਸਫਲ ਆ ਔਰ ਕਿਤੇ ਨਾ ਕਿਤੇ ਬਿਜ਼ਨਸ ਟ੍ਰੈਂਡ ਤੁਹਾਡੀ ਗੱਲ ਦਾ ਮੈਂ ਜਵਾਬ ਦੇ ਰਿਹਾ ਕਿ ਇਹ ਬਿਜ਼ਨਸ ਟ੍ਰੈਂਡ ਵੀ ਬਣਿਆ ਹੋਇਆ ਹੈ ਕਈ ਪਿਛਲੇ ਐਨ ਜੀਓ ਦਾ ਖੁਲਾਸੇ ਵੀ ਹੋਏ ਨੇ ਜਿਨ੍ਹਾਂ ਨੇ ਕਈ ਘਪਲੇ ਕੀਤੇ ਨੇ ਔਰ ਉਹਨਾਂ ਐਨ ਜੀਓਸ ਨੂੰ ਜਿਹੜਾ ਉਹ ਲੋਕਾਂ ਨੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਕਾਰਕੁਨ ਕੀਤਾ ਹੂੰ ਤੇ ਚਾਹੀਦਾ ਨਹੀਂ ਆ ਇਸ ਤਰ੍ਹਾਂ ਦਾ ਜੇ ਸੇਵਾ ਕਰਨੀ ਹੈ ਤਾਂ ਸੇਵਾ ਭਾਵਨਾ ਦੇ ਨਾਲ ਕਰੋ ਬਿਜ਼ਨਸ ਰਾਕੇ ਚੀਜ਼ ਨਾ ਕਰੋ ਹੂੰ ਹੂੰ ਤੇ ਹੁਣ ਤੁਸੀਂ ਦੱਸੋ ਜਿਹੜੀ ਪੇਸ਼ਕਾਰੀ ਲੈ ਕੇ ਆ ਰਹੇ ਕਿੰਨੀ ਕਿ ਮਿਹਨਤ ਲੱਗੀ ਕਿੱਥੇ ਕਦੋਂ ਰਿਲੀਜ਼ ਕਰ ਰਹੇ ਹੋ ਕਿਹੜੇ ਕਿਹੜੇ ਬੰਦੇ ਆਪਣੇ ਨਾਲ ਜੁੜੇ ਸੀ ਹਾਂਜੀ ਇਹਦੇ ਵਿੱਚ ਤਾਂ ਮੇਰੇ ਸਾਥੀਓ ਹੀ ਨਾਲ ਨੇ ਇੱਕ ਆਪਾਂ ਛੋਟੀ ਹੁੰਦੀ ਹੈ ਇੱਕ ਆਪਣੇ ਬਜ਼ੁਰਗਾ ਤੋਂ ਕਹਾਣੀ ਸੁਣੀ ਸੀ ਕਿ ਇੱਕ ਬੱਚਾ ਜਿਹੜਾ ਉਹ ਆਪਣੇ ਪਿਓ ਨੂੰ ਦਰਿਆ ਦੇ ਵਿੱਚ ਸੁੱਟਣ ਜਾਂਦਾ ਹੂੰ ਇੱਕ ਛੋਟੀ ਕਹਾਣੀ ਸੀ ਤਾਂ ਜਦੋਂ ਉਹਦਾ ਬਾਪ ਕਹਿੰਦਾ ਕਿ ਬੇਟਾ ਮੈਨੂੰ ਇੱਥੇ ਨਾ ਸੁਟੀ ਥੋੜਾ ਅੱਗੇ ਕਰਕੇ ਸੁਟੀ ਤਾਂ ਉਹ ਬੇਟਾ ਕਹਿੰਦਾ ਵੀ ਬਾ ਕਿਉਂ ਇਹ ਕੀ ਕਾਰਨ ਆ ਉਹ ਕਹਿੰਦਾ ਵੀ ਇਸ ਇਸ ਤੋਂ ਅੱਗੇ ਮੈਨੂੰ ਤਾਂ ਸੁੱਟ ਕਿਉਂਕਿ ਇੱਥੇ ਤੇ ਮੈਂ ਆਪਣਾ ਪਿਓ ਸੁਟਿਆ ਸੀ ਅਰੇ ਯਾਰ ਕਹਿੰਦਾ ਭਾਵ ਕਿ ਮਤਲਬ ਜੋ ਮੈਂ ਆਪਣੇ ਪਿਓ ਨਾਲ ਕੀਤਾ ਆਪਣੇ ਪੇਰੈਂਟਸ ਨਾਲ ਕੀਤਾ ਉਹ ਸਾਡੇ ਨਾਲ ਵੀ ਨੇਚਰਲੀ ਹੋਣਾ ਹੀ ਹੋਣਾ ਹੂੰ ਤੇ ਇਸ ਚੀਜ਼ ਨੂੰ ਅਸੀਂ ਜਿਹੜਾ ਉਹ ਨਾਟਕੀ ਰੂਪ ਦੇ ਕੇ ਸਾਡੀ ਟੀਮ ਮੇਰੇ ਨਾਲ ਜਿਹੜੇ ਸੁਰਿੰਦਰ ਸਿੰਘ ਨੇ ਔਰ ਉਹਨਾਂ ਦੇ ਇੱਕ ਦੋ ਹੋਰ ਕਲਾਕਾਰ ਮੈਂ ਆਪਾਂ ਲਏ ਹੋਏ ਨੇ ਨਾਲ ਔਰ ਕੋਸ਼ਿਸ਼ ਕੀਤੀ ਹੈ ਕਿ ਇੱਕ ਮੈਸੇਜ ਦੇ ਅੰਦੇ ਦੀ ਸਟਾਰਟਿੰਗ ਦੇ ਵਿੱਚ ਔਰ ਇਹਦਾ ਪਹਿਲਾ ਭਾਗ ਜਿਹੜਾ ਉਹ ਸੀ ਰਿਲੀਜ਼ ਕਰ ਚੁੱਕੇ ਆ ਹਮਮ ਔਰ ਦੂਸਰਾ ਜਿਹੜਾ ਇਹ ਜਲਦੀ ਆਪਾਂ ਲੈ ਕੇ ਆਵਾਂਗੇ ਔਰ ਇਹ ਤੋਂ ਬਾਅਦ ਹੋਰ ਵੀ ਆਪਾਂ ਮੋਟੀਵੇਸ਼ਨਲ ਵੀਡੀਓ ਜਿਹੜੀਆਂ ਜਰੂਰ ਲੈ ਕੇ ਆਵਾਂਗੇ ਜਿਦੇ ਨਾਲ ਸਮਾਜ ਨੂੰ ਕੁਝ ਸੇਧ ਮਿਲ ਸਕੇ ਹਮ ਹਮ ਜੀ ਤੇ ਕਾਦੀਆਂ ਸਾਹਿਬ ਆਪਾਂ ਗੱਲ ਕਰੀਏ ਕਿ ਜਿੱਦਾਂ ਤੁਸੀਂ ਮੈਸੇਜ ਦੇਣ ਦੀ ਗੱਲ ਕੀਤੀ ਹੈ ਕਿ ਮੇਰੇ ਬਾਪ ਨੇ ਮੈਨੂੰ ਇੱਥੇ ਨਾ ਸੱਟਿਆ ਕਿ ਮੈਂ ਮੇਰਾ ਬਾਪ ਇੱਥੇ ਇੱਕ ਨਾ ਗਵੀ ਸਾਹਿਬ ਕੋ ਵਰਦਨ ਗਵੀ ਸਾਹਿਬ ਨੇ ਪ੍ਰੋਗਰਾਮ ਕੀਤਾ ਸੀ ਮਾਂ ਤੇ ਉਹਨਾਂ ਨੇ ਵੀ ਇੱਕ ਗੱਲ ਦੱਸੀ ਸੀਗੀ ਕਿ ਅਖੀਰ ਦੇ ਵਿੱਚ ਮਾਂ ਨੂੰ ਉਹ ਬ੍ਰਧ ਆਸ਼ਰਮ ਛੱਡਣ ਚਲਾ ਜਾਂਦਾ ਛੱਡ ਕੇ ਆ ਜਾਂਦਾ ਤੇ ਇੱਕ ਦਿਨ ਮਿਲਣ ਜਾਂਦਾ ਆ ਤਾਂ ਗਰਮੀ ਬਹੁਤ ਸੀ ਤੇ ਮਾਂ ਉਹਨੂੰ ਕਹਿੰਦੀ ਵੀ ਇਹ ਕੂਲਰ ਜਾਂ ਪੱਖਾ ਇੱਥੇ ਲਵਾ ਦੇ ਹੂੰ ਤਾਂ ਉਹ ਕਹਿੰਦਾ ਕਿ ਨਹੀਂ ਉਹ ਕਹਿੰਦਾ ਵੀ ਮਾਤਾ ਤੇਰੇ ਤੇ ਦਿਨ ਥੋੜੇ ਰਹਿ ਗਏ ਉਦੋਂ ਬਾਅਦ ਪਤਾ ਨਹੀਂ ਇਸ ਕਮਰੇ 'ਚ ਕਿਹਨੇ ਆਉਣਾ ਤਾਂ ਉਹਨੇ ਬਹੁਤ ਸੋਹਣਾ ਜਵਾਬ ਦਿੱਤਾ ਕਿੰਨੇ ਮੈਂ ਆਪਦੇ ਲਈ ਬਿਲਕੁਲ ਨਹੀਂ ਮੰਗ ਰਹੀ ਮੈਨੂੰ ਉਸ ਦਿਨ ਜਿੱਥੇ ਵੀ ਹੋਈ ਮੈਨੂੰ ਤਕਲੀਫ ਪਹੁੰਚਣੀ ਆ ਜਿੱਦਣ ਤੂੰ ਇਸ ਕਮਰੇ ਦੇ ਵਿੱਚ ਆਇਆ ਤਾਂ ਤੈਨੂੰ ਗਰਮੀ ਲੱਗਣੀ ਤੇ ਮੈਨੂੰ ਤਕਲੀਫ ਪਹੁੰਚਣੀ ਆ ਵਾ ਵਾ ਠੀਕ ਹੈ ਨਾ ਬਿਲਕੁਲ ਸੋ ਉਹ ਕਹਿੰਦੇ ਹੁੰਦੇ ਨਾ ਹੁਣ ਆਪਾਂ ਅਧਿਆਤਮਿਕ ਵਾਲੇ ਪਾਸੇ ਇਸ ਗੱਲ ਨੂੰ ਲੈ ਚੱਲੀਏ ਕਿਉਂ ਕਿ ਕਿਤੇ ਨਾ ਕਿਤੇ ਆਪਾਂ ਜਦੋਂ ਨਸ਼ਾ ਪੱਤਾ ਵੀ ਗੈਂਡ ਲਿਆ ਆਪਾਂ ਉਹ ਵੀ ਗਣ ਲਿਆ ਪਾਪ ਜੇ ਤਾਂ ਆਪ ਪਾਪੂਲੇਸ਼ਨ ਦੀ ਗੱਲ ਕਰੀਏ ਕਾਦੀ ਸਭ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਵੀ ਵੱਡੇ ਪਰਿਵਾਰ ਆ ਖਰਚੇ ਨਹੀਂ ਪੂਰੇ ਹੋ ਰਹੇ ਉਹ ਤਾਂ ਚਿਰਾਂ ਦੀਆਂ ਗੱਲਾਂ ਰਹਿ ਗਈਆਂ ਹੁਣ ਤਾਂ ਬਹੁਤ ਛੋਟੇ ਛੋਟੇ ਪਰਿਵਾਰ ਹੋ ਗਏ ਇਵਨ ਪਿੰਡਾਂ ਦੇ ਵਿੱਚ ਜ਼ਿੰਮੇਦਾਰਾਂ ਦੇ ਪਰਿਵਾਰ ਅਡਵਾਡ ਹੋ ਕੇ ਛੋਟੇ ਛੋਟੇ ਪਰਿਵਾਰ ਰਹਿ ਗਏ ਬਿਲਕੁਲ ਜੀ ਇੱਕ ਇੱਕ ਬੱਚਾ ਆ ਹੁਣ ਤੇ ਉਹ ਬਿਲਕੁਲ ਜੀ ਰਿਸ਼ਤਿਆਂ ਤੇ ਚ ਕਮੀ ਜਿਹੜੀ ਆ ਰਹੀ ਹੈ ਉਹ ਸਮਝ ਨੂੰ ਇੱਕ ਅਕਲ ਉਹ ਗਿਆਨ ਦੀ ਕਮੀ ਦੇ ਕਰਕੇ ਆ ਰਹੀ ਹੈ ਕੋਈ ਇਸ ਤਰ੍ਹਾਂ ਦਾ ਕਮ ਨਹੀਂ ਪਾਪੂਲੇਸ਼ਨ ਵੱਧ ਰਹੀ ਹੈ ਦਾ ਕੋਈ ਮੇਨ ਨਹੀਂ ਕਾਰਨ ਨਹੀਂ ਆਪਾਂ ਮੰਨ ਸਕਦੇ ਹੂੰ ਹੂੰ ਤੇ ਕਦੀਨ ਸਾਹਿਬ ਹੁਣ ਮੈਨੂੰ ਦੱਸੋ ਕਿ ਕਿਤੇ ਨਾ ਕਿਤੇ ਆਪਾਂ ਜਦੋਂ ਕਿਸੇ ਨੂੰ ਇਲਜ਼ਾਮ ਨਹੀਂ ਦੇ ਸਕਦੇ ਮੈਂ ਧਾਮੀ ਸਾਹਿਬ ਜੁੜੇ ਸੀ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਸੀ ਇਸ ਬਾਰੇ ਐਸਜੀਪੀਸੀ ਜਾਂ ਹੋਰ ਜਿਹੜੀਆਂ ਤੁਸੀਂ ਚਲਾ ਰਹੇ ਹੋ ਆਪ ਦਾ ਬੈਸਟ ਕਰ ਰਹੇ ਹੋ ਪਰ ਤੁਹਾਨੂੰ ਲੱਗਦਾ ਹੈ ਕਿ ਜੇ ਆਪਾਂ ਪਰਮਪੀਤਾ ਪਰਮਾਤਮਾ ਦੀ ਜਿਹੜੀ ਭਗਤੀ ਹੈ ਗੁਰਬਾਣੀ ਨਾਲ ਜਦੋਂ ਟੁੱਟਦੇ ਆ ਤਾਂ ਆ ਨਿਯਮਤਾ ਆਉਂਦੀਆਂ ਆ ਹਾਲਾਂਕਿ ਜਿਹੜੇ ਬਜ਼ੁਰਗ ਘਰੇ ਹੁੰਦੇ ਉਹ ਤਾਂ ਜੋੜਦੇ ਆ ਆਪਾਂ ਨੂੰ ਪਰ ਆਪਾਂ ਇਹ ਸੋਚ ਲੰਨੇ ਕਿ ਯਾਰ ਇਹਨਾਂ ਨੂੰ ਇਹਨਾਂ ਨੇ ਆਪਦੀ ਜ਼ਿੰਦਗੀ ਜੀ ਲਈ ਮੈਂ ਆਪਦੇ ਸਟਾਈਲ ਨਾਲ ਜੀਣੀ ਆ ਔਰ ਆਪਦਾ ਸਟਾਈਲ ਜਿਹੜਾ ਅਧਿਆਤਮਿਕ ਤੋਂ ਇੰਨਾ ਕੁ ਦੂਰ ਹੁੰਦਾ ਕਿ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇਹ ਰਿਐਲਿਟੀ ਦੇ ਵਿੱਚ ਕਿੰਨੇ ਸਹੀ ਆ ਕਿੰਨੇ ਕੁ ਗਲਤ ਆ ਇਹ ਲੱਗਦਾ ਕਿ ਤੁਹਾਨੂੰ ਜੇ ਆਪਾਂ ਸੰਗਤ ਨੂੰ ਜੇ ਗੁਰਬਾਣੀ ਨਾਲ ਜੋੜੀਏ ਤਾਂ ਚੀਜ਼ਾਂ ਘਟਣਗੀਆਂ ਹਾਂ ਬਿਲਕੁਲ ਜੀ ਗੁਰਬਾਣੀ ਤਾਂ ਅੱਜ ਕੱਲ ਤੇ ਦੇਖੋ ਪਹਿਲਾਂ ਤਾਂ ਮੈਂ ਹਰ ਜਗ੍ਹਾ ਇਹੋ ਗੱਲ ਕਰਦਾ ਹੁੰਨਾ ਭਾਵੇਂ ਅਸੀਂ ਇਸ ਚੀਜ਼ ਤੋਂ ਹੀ ਆਪਣਾ ਪਰਿਵਾਰ ਪਾਲ ਰਹੇ ਹਾਂ ਪਰ ਅੱਜ ਕੱਲ ਗੁਰਬਾਣੀ ਔਰ ਗੁਰਦੁਆਰਿਆਂ ਦੇ ਵਿੱਚ ਵੀ ਸਿਰਫ ਇੱਕੋ ਚੀਜ਼ ਰਹਿ ਗਈ ਕਿ ਮੱਥਾ ਟੇਕਣ ਤੱਕ ਸੀਮਤ ਹੂੰ ਔਰ ਹੋਣਾ ਕੀ ਚਾਹੀਦਾ ਹੈ ਜਿਹੜੀ ਗੁਰਬਾਣੀ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਜਿਹੜਾ ਫਲਸਫਾ ਸੀਗਾ ਉਹਨਾਂ ਦਾ ਗੁਰਬਾਣੀ ਨੂੰ ਪੜ ਕੇ ਉਹਨੂੰ ਵਿਚਾਰਨ ਦੀ ਲੋੜ ਆ ਹੂੰ ਔਰ ਵਿਚਾਰ ਕੇ ਉਹਦੇ ਅਨੁਸਾਰ ਆਪਾਂ ਜੀਵਨ ਜਿਹੜਾ ਉਹ ਜਾਜ ਜਿਹੜੀ ਉਹ ਸਿੱਖ ਸਕਦੇ ਆ ਹੂੰ ਪਰ ਅਸੀਂ ਤਾਂ ਸਿਰਫ ਮੱਥਾ ਟੇਕ ਕੇ ਭਉਂਟਣੀ ਦੇਣ ਤੱਕ ਹੀ ਸੀਮਤ ਰਹਿ ਗਏ ਔਰ ਨਾ ਉਹ ਗੁਰਬਾਣੀ ਨੂੰ ਪੜਿਆ ਹੂੰ ਤੇ ਉਸ ਦੇ ਅਨੁਸਾਰ ਜਿਹੜਾ ਜੀਵਨ ਅਸੀਂ ਨਹੀਂ ਬਤੀਤ ਕੀਤਾ ਬੱਚਿਆਂ ਨੂੰ ਜਿਹੜਾ ਉਹ ਨਹੀਂ ਇਸ ਪਾਸੇ ਲਾ ਸਕੇ ਆਧੁਨਿਕ ਜੀਵਨ ਦੇ ਵਿੱਚ ਉਹਨਾਂ ਨੂੰ ਇੰਨਾ ਕਾਪਾ ਮਸ਼ਰੂਫ ਕਰ ਛੜਿਆ ਕਿ ਇਸ ਚੀਜ਼ ਤੋਂ ਆਪਾਂ ਉਹ ਉਹਦਾ ਹੀ ਜਿਹੜਾ ਰਿਜ਼ਲਟ ਆ ਉਹ ਫਿਰ ਅਸੀਂ ਸਾਡੇ ਅੱਗੇ ਆਉਣਾ ਜੀ ਤੇ ਕੰਧਿਆ ਸਰ ਤੁਸੀਂ ਗੱਲ ਕੀਤੀ ਸੀ ਕਿ ਬੱਚੇ ਅਸੀਂ ਜਾਣੇ ਘਰਾਂ ਚ ਬਜ਼ੁਰਗ ਇਕੱਲੇ ਨੇ ਤੇ ਬੱਚੇ ਬਾਹਰਲੇ ਦੇਸ਼ਾਂ ਤੇ ਰਹਿੰਦੇ ਆ ਗੋਣੋ ਪ੍ਰਵਾਸ ਵੀ ਜ਼ਰੂਰੀ ਆ ਕਿਉਂਕਿ ਐਗਜ਼ਿਸਟੈਂਸ ਆ ਨੇ ਹਿਊਮਨ ਨੇਚਰ ਆ ਕਿ ਬੰਦਾ ਆਪਣੀ ਹੋਂਦ ਬਚਾਉਣ ਲਈ ਜਾਂ ਆਪਦੇ ਚੰਗੇ ਬੈਟਰ ਫਿਊਚਰ ਲਈ ਗਾਂ ਵਾਲੀ ਪੀੜ੍ਹੀ ਵਾਸਤੇ ਸੋਚਦਾ ਕਿ ਮੈਂ ਯਾਰ ਇੱਥੇ ਸੈੱਟ ਕਰ ਦਵਾਂ ਮੇਰੇ ਬੱਚੇ ਜੇ ਇਸ ਦੇ ਵਿੱਚ ਸੈੱਟ ਹੋ ਜਾਣ ਐਕਸਕਿਊਜ਼ ਮੀ ਤਾਂ ਮੈਂ ਹੋ ਜੂਗਾ ਪਰ ਐਟ ਦ ਸੇਮ ਟਾਈਮ ਆਪਾਂ ਇਹ ਕਿ ਭੁੱਲ ਜਾਨੇ ਵੀ ਜਿਨ੍ਹਾਂ ਨੇ ਜਨਮ ਦਿੱਤਾ ਹੈ ਜੇ ਉਹ ਉੱਥੇ ਨਹੀਂ ਜਾਣਾ ਚਾਹੁੰਦਾ ਜਾਂ ਉਹਨਾਂ ਦਾ ਫਿਕਰ ਵੀ ਆਪਾਂ ਬਰਾਬਰ ਰੱਖੀਏ ਠੀਕ ਹੈ ਉਹਦੇ ਬਾਰੇ ਕੀ ਕਹਿਣਾ ਤੁਸੀਂ ਆਪਦੇ ਸਟੇਜਾਂ ਤੋਂ ਦੱਸ ਦੇਵੋਗੇ ਵੀ ਉਹ ਵੀ ਰੱਖੋ ਬਰਾਬਰ ਰੱਖੋ ਉਨ ਦੇਖੋ ਰੁਝਾਨ ਤਾਂ ਕਾਫੀ ਕਿਉਂਕਿ ਇਸ ਤੋਂ ਦੇ ਹਾਲਾਤ ਦੇਖ ਕੇ ਇਹ ਬੱਚਿਆਂ ਨੂੰ ਆਪਾਂ ਚਾਹੁੰਦੇ ਆਂ ਵੀ ਆਪਾਂ ਸੈੱਟ ਕਰੀਏ ਬਾਹਰ ਲੇਕਿਨ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਬੱਚਾ ਮੈਚੂਰ ਨਹੀਂ ਹੁੰਦਾ ਔਰ ਉਸ ਨੂੰ ਆਪਾਂ ਪਲੱਸ 2 ਤੋਂ ਬਾਅਦ ਭੇਜ ਦਿੰਨੇ ਆਂ ਬਾਹਰ ਅਜੇ ਤੱਕ ਤਾਂ ਉਹਨੂੰ ਦੁਨੀਆਦਾਰੀ ਦੀ ਕੋਈ ਸਮਝ ਨਹੀਂ ਆਈ ਹੁੰਦੀ ਕਿ ਕਿਸ ਤਰ੍ਹਾਂ ਕੀ ਕਰਨਾ ਹੈ ਕਿੱਦਾਂ ਵਿਚਰਨਾ ਤੇ ਜਦੋਂ ਬਾਹਰ ਬੱਚੇ ਜਾਂਦੇ ਆਂ ਔਰ ਦੂਸਰਾ ਜਿਹੜੇ ਪੇਰੈਂਟਸ ਇੱਥੇ ਆ ਜਿਨ੍ਹਾਂ ਨੇ ਸਾਰਿਆ ساری ਜ਼ਿੰਦਗੀ ਮਿਹਨਤ ਕਰਕੇ ਬੱਚਿਆਂ ਨੂੰ ਬਾਹਰ ਭੇਜਿਆ ਸੈਟਲ ਕੀਤਾ ਆ ਔਰ ਮੈਂ ਤਾਂ ਕਈ ਇਹੋ ਜਿਹੇ ਪਰਿਵਾਰ ਦੇਖੇ ਆ ਜਿਨ੍ਹਾਂ ਦੀ ਹਾਇਸੀਅਤ ਨਹੀਂ ਹੁੰਦੀ 15-20 ਲੱਖ ਰੁਪਏ ਲਾ ਕੇ ਬੱਚਾ ਭੇਜਣ ਦੀ ਪਰ ਫੇਰ ਵੀ ਉਹ ਕੋਸ਼ਿਸ਼ ਕਰਦੇ ਆ ਹੂੰ ਤੇ ਉਹਨਾਂ ਨੇ ਆਪਣੇ ਬੱਚੇ ਨੂੰ ਵਾਇਲਟਸ ਕਰਵਾ ਕੇ ਬਾਹਰ ਭੇਜਿਆ ਔਰ ਬਾਹਰ ਜਾ ਕੇ ਬੱਚੇ ਜਿਹੜੇ ਆ ਮੈਂ ਇਹੋ ਜਿਹੇ ਕਈ ਪੇਰੈਂਟਸ ਦੇਖੇ ਆ ਜਦੋਂ ਆਪਣੇ ਪੇਰੈਂਟਸ ਨੂੰ ਬਾਹਰ ਬੁਲਾਇਆ ਜਾਂਦਾ ਤਾਂ ਉਹ ਵੀ ਜਦੋਂ ਮੈਨੂੰ ਲੱਗਦਾ ਕਿ ਮੈਂ ਅਜੇ ਤੱਕ ਵੈਸੇ ਕੈਨੇਡਾ ਅਮਰੀਕਾ ਨਹੀਂ ਆਇਆ ਤੇ ਉੱਥੋਂ ਉਹਨਾਂ ਦੱਸਿਆ ਕਿ ਪੈਨਸ਼ਨ ਲਵਾਣੀ ਸੀ ਆਪਣੇ ਜਾਂ ਉਹਦੀ ਵਾਈਫ ਪ੍ਰੈਗਨੈਂਟ ਸੀਗੀ ਤਾਂ ਆਪਣੀ ਮਾਂ ਨੂੰ ਬੁਲਾਇਆ ਗਿਆ ਉੱਥੇ ਹੂੰ ਹੂੰ ਔਰ ਜਦੋਂ ਬੱਚਾ ਹੋਇਆ ਉਸ ਤੋਂ ਬਾਅਦ ਦੁਬਾਰਾ ਫਿਰ ਮਾਪਿਓ ਜਿਹੜੇ ਉਹ ਵਾਪਸ ਆ ਮਤਲਬ ਕਿ ਆਪਾਂ ਜੇ ਉੱਥੇ ਵੀ ਉਹਨਾਂ ਨੂੰ ਬੁਲਾਣੇ ਆ ਤੇ ਉਹ ਵੀ ਕਿਸੇ ਨਾ ਕਿਸੇ ਆਪਣੇ ਪਰਪਸ ਵਾਸਤੇ ਬੁਲਾਣੇ ਆ ਜੀ ਬਿਲਕੁਲ ਹੂੰ ਹੂੰ ਤੇ ਬਾਕੀ ਜਦੋਂ ਇੱਥੇ ਜਿਹੜੇ ਪੇਰੈਂਟਸ ਰਹ ਰਹੇ ਆ ਤਾਂ ਉਹ ਕਹਿ ਤਾਂ ਬੜੀ ਸ਼ਾਨੋ ਸ਼ੌਕਤ ਨਾਲ ਰਿਹਾ ਕਿ ਮੇਰਾ ਬੱਚਾ ਇੱਥੇ ਆ ਜੀ ਪੀਆਰ ਹੋ ਗਿਆ ਵਾ ਪਰ ਉਹਨਾਂ ਨੂੰ ਆਪਣਾ ਅਗਲਾ ਫਿਊਚਰ ਨਹੀਂ ਦਿਖ ਰਿਹਾ ਹੂੰ ਵੀ ਆਪਾਂ ਕੀ ਕਰਨਾ ਇੱਥੇ ਕਰ ਲਿਆ ਨੇ ਹੂੰ ਹੂੰ ਸਾਡੇ ਮਹੱਲੇ ਦੇ ਵਿੱਚ ਹੀ ਬਜ਼ੁਰਗ ਕਿਸਾਨ ਉਹ ਸਵੇਰੇ ਇਸ਼ਨਾਨ ਕਰ ਰਹੇ ਉਹ ਇਸ਼ਨਾਨ ਕਰਦੇ ਆ ਮਤਲਬ ਬਜ਼ੁਰਗ ਸੀਗੇ ਉਹਨਾਂ ਦਾ ਟੈਪ ਦੇ ਉੱਤੇ ਹੈਡ ਵੱਜਾ ਔਰ ਉਹ ਉੱਥੇ ਉਹਨਾਂ ਦੀ ਡੈਥ ਹੋ ਗਈ ਤੀਸਰੇ ਦਿਨ ਉਹਨਾਂ ਦਾ ਪਤਾ ਲੱਗਾ ਕਿ ਅੰਦਰ ਉਹਨਾਂ ਦੀ 스ਮੈਲ ਆ ਰਹੀ ਹੈ ਔਰ ਉਹ ਬਜ਼ੁਰਗ ਜਿਹੜੀ ਉਹ ਡੈਥ ਹੋ ਚੁੱਕੀ ਉਹਨਾਂ ਦੀ ਮਤਲਬ ਇਕੱਲੇ ਰਹਿ ਰਹੇ ਸੀਗੇ ਵੀ ਇੱਕ ਐਨ ਇਸ਼ੂ ਹੈ ਜੀ ਇਕੱਲੇ ਬਿਲਕੁਲ ਜੀ ਜਦੋਂ ਉਹਨਾਂ ਦੇ ਬਾਹਰ ਫੈਮਲੀਆਂ ਨੂੰ ਦੱਸਿਆ ਗਿਆ ਕਿ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਆ ਤਾਂ ਉਹ ਕਹਿ ਰਹੇ ਕਿ ਮੈਂ ਤੇ ਆ ਨਹੀਂ ਸਕਦਾ ਤੇ ਆਂਡੀਆਂ ਗਵਾਂਡੀਆਂ ਨੇ ਉਹਨਾਂ ਦੀ ਜਿਹੜੇ ਸਾਰੇ ਜਿਹੜੇ ਆ ਸੰਸਕਾਰ ਦੇ ਰਸਮਾਂ ਜਿਹੜੀਆਂ ਪੂਰੀਆਂ ਕੀਤੀਆਂ ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਨਹੀਂ ਸੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੱਡੇ ਸ਼ਹਿਰਾਂ ਦੇ ਵਿੱਚ ਆ ਜਿਹੜਾ ਇਕੱਲਾਪਨ ਬਜ਼ੁਰਗਾਂ ਨੂੰ ਘਰੇ ਵੀ ਬੈਠਣਾ ਮਿਲ ਰਿਹਾ ਔਰ ਇਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਵੀ ਇੱਕ ਬਿਜ਼ਨਸਮੈਨ ਆ ਇੱਕ ਸਰਵਿਸਮੈਨ ਹਸਬੰਡ ਵਾਈਫ ਕੰਮ ਕਰਦੇ ਆ ਬੱਚੇ ਆਪ ਦੀ ਲਾਈਫ ਦੇ ਵਿੱਚ ਬਿਜ਼ੀ ਆ ਬਜ਼ੁਰਗ ਨੂੰ ਨਹੀਂ ਅਟੈਂਸ਼ਨ ਨਹੀਂ ਮਿਲ ਰਹੀ ਔਰ ਫਿਰ ਮੈਂ ਮੈਂ ਤਾਂ ਪੁੱਛਣਾ ਕਿ ਵੱਡੇ ਸ਼ਹਿਰਾਂ ਦੀ ਗੱਲ ਹੈ ਮੈਂ ਬਜ਼ੁਰਗ ਨੂੰ ਪੁੱਛਿਆ ਆਂਟੀ ਨੂੰ ਹਾਂ ਤਾਂ ਬਜ਼ੁਰਗ ਨੇ ਉਹ ਤਾਂ ਉਹ ਕਹਿੰਦੇ ਵੀ ਉਹਦੇ ਨਾਲੋਂ ਤਾਂ ਬਿਲਕੁਲ ਅਣਗਿਆਲੀ ਹੋ ਰਹੀ ਰੋਟੀ ਮੰਗੇ ਤਾਂ ਕੋਈ ਦਿੰਦਾ ਦਵਾਈ ਮੰਗੇ ਤਾਂ ਕੋਈ ਦਿੰਦਾ ਉਹ ਵੀ ਕਈ ਗੱਲਾਂ ਸੁਣਾ ਕੇ ਤੇ ਉਹਦੇ ਨਾਲ ਅਸੀਂ 올ਡ ਚਾ ਮੈਂ ਉੱਥੇ ਆਲਾ ਦਵਾਲਾ ਜਿੰਨੀ ਬਚ ਗਈ ਹੈ ਰੱਬ ਨੇ ਜਿੰਨੀ ਬਖਸ਼ਿਸ਼ ਕੀਤੀ ਹੈ ਉਹ ਰਹਿੰਦੀ ਜ਼ਿੰਦਗੀ ਅਸੀਂ ਆਲਾ ਦਵਾਲਾ ਉਹਨਾਂ ਨਾਲ ਗੱਲਾਂ ਬਾਤਾਂ ਦੇ ਵਿਚਾਰ ਲਈਏ ਕਿ ਇਹ ਵੀ ਤੱਥ ਹੈਗਾ ਨਾ ਤੁਸੀਂ ਮੰਨਦੇ ਬਿਲਕੁਲ ਜੀ ਜਦੋਂ ਘਰ ਦੇ ਵਿੱਚ ਉਹਨਾਂ ਨੂੰ ਬਣਦਾ ਸਤਕਾਰ ਜਾਂ ਸਕੂਨ ਨਹੀਂ ਮਿਲਦਾ ਤੇ ਕਈ ਬਿਰਦਾ ਆਸ਼ਰਮਾਂ ਦੇ ਵਿੱਚ ਬੜਾ ਵਧੀਆ ਮਾਹੌਲ ਐ এনজিও ਜਿਹੜੀਆਂ ਨੇ ਉਹਨਾਂ ਨੇ ਕ੍ਰੀਏਟ ਕੀਤਾ ਹੋਇਆ ਕਿ ਇੱਕ ਬੜਾ ਵਧੀਆ ਪਰਿਵਾਰ ਉੱਥੇ ਚੱਲ ਰਿਹਾ ਹੁੰਦਾ ਉਹ ਬੰਦੇ ਵੀ ਆ ਇਕੱਲੇ ਤੇ ਉਥੇ ਉਹਨਾਂ ਨੂੰ ਵਧੀਆ ਲੱਗਦਾ ਮੈਨੂੰ ਤੇ ਲੱਗਦਾ ਵੀ ਜਿੱਦਾ ਘਰ ਦੇ ਵਿੱਚ ਨਹੀਂ ਮਾਹੌਲ ਮਿਲ ਰਿਹਾ ਤੇ ਉਹਨਾਂ ਨੂੰ ਸਿਰਫ ਸਕੂਨ ਜਿਹੜਾ ਹੈ ਉਹ ਜ਼ਿਆਦਾ ਉੱਥੇ ਮਿਲਦਾ ਤੇ ਇਹਦਾ ਕਾਰਨ ਤੇ ਇੱਕ ਆਧੁਨਿਕ ਜਿਹੜਾ ਆਪਾਂ ਪਹਿਲਾਂ ਵੀ ਤੁਸੀਂ ਗੱਲ ਸਟਾਰਟਿੰਗ ਕੀਤੀ ਕਿ ਆਧੁਨਿਕ ਯੁੱਗ ਜਿਹੜਾ ਚੱਲ ਰਿਹਾ ਹੂੰ ਹੂੰ ਪਹਿਲਾਂ ਜਦੋਂ ਫੋਨ ਦਾ ਯੁੱਗ ਨਹੀਂ ਸੀ ਹੂੰ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ ਉਦੋਂ ਸਾਥ ਦੇ ਵਿੱਚ ਪੁਰਾਣੇ ਬਜ਼ੁਰਗ ਬੈਠਦੇ ਅੱਜ ਵੀ ਕਿਤੇ ਨਾ ਕਿਤੇ ਬੈਠਦੇ ਆ ਬਟ ਬਹੁਤ ਜ਼ਿਆਦਾ ਘਟ ਟਾਈਮ ਨਹੀਂ ਆ ਬਜ਼ੁਰਗਾਂ ਦੇ ਹੱਥਾਂ 'ਚ ਵੀ ਅੱਜਕੱਲ ਤੇ ਫੋਨ ਹੈ ਦੇਖੇ ਆ ਸਾਰਿਆਂ ਨੇ ਤਾਂ ਉਹ ਘਰਾਂ ਦੇ ਵਿੱਚ ਹੀ ਹਰ ਇੱਕ ਬੰਦਾ ਜਿਹੜਾ ਆਪਣੀ ਜੌਬ ਦੇ ਵਿੱਚ ਜਾਂ ਕੰਮਕਾਰਾਂ ਚ ਬਿਜ਼ੀ ਐ ਔਰ ਬਾਹਰ ਬੈਠਣ ਦਾ ਕਿਸੇ ਕੋਲ ਸੱਤ ਚ ਬੈਠਣ ਦਾ ਇਥੋਂ ਤੱਕ ਇੱਕ ਮੈਥ ਮੈਂ ਤਾਂ ਕਹਿੰਨਾ ਉਹਨਾਂ ਪਿੰਡਾਂ ਚ ਕਿ ਆ ਪਿੱਛੇ ਜੇ ਮੈਂ ਆਪਣੇ ਕਾਦਿਆਂ ਚ ਵੀ ਕਰਵਾਈ ਐ ਕਿ ਗੁਰਦੁਆਰਾ ਸਾਹਿਬ ਦੀ ਜਨੀਆਂ ਪ੍ਰਬੰਧਕ ਕਮੇਟੀ ਸੀ ਉਹਨਾਂ ਸਾਰਿਆਂ ਦੀ ਇੱਕ ਮੀਟਿੰਗ ਕੀਤੀ ਹੂੰ ਹੂੰ ਔਰ ਉਹਨਾਂ ਨੇ ਕਿਹਾ ਸੀ ਇਕੱਠੇ ਬੈਠ ਕੇ ਕੁਛ ਨਾ ਕੁਛ ਵਿਚਾਰ ਕਰੋ ਕਿ ਆਪਾਂ ਕੀ ਕਰ ਸਕਦੇ ਆ ਬਜ਼ੁਰਗਾਂ ਵਾਸਤੇ ਜਾਂ ਆਪਸ ਆਪਸੀ ਭਾਈਚਾਰੇ ਵਾਸਤੇ ਕਰਨਾ ਕੁਛ ਨਹੀਂ ਐ ਸਿਰਫ ਇੱਕ ਬੈਠਣਾ ਹੀ ਐ ਹੂੰ ਔਰ ਬੈਠਣ ਦਾ ਟਾਈਮ ਹੀ ਕਿਸੇ ਕੋ ਪਿੰਡ ਚ ਨਹੀਂ ਹੈ ਪਿੰਡ ਚ ਹੈ ਨਹੀਂ ਦੱਸੋ ਯਾਰ ਜਾਂ ਪਿੰਡ ਚ ਨਹੀਂ ਹੈਗਾ ਸ਼ਹਿਰ ਦੀ ਗੱਲ ਤਾਂ ਬਹੁਤ ਦੂਰ ਦੀ ਆ ਪਾਰਕਾਂ ਮੇਰਾ ਪਾਰਕਾ ਕਿਸੇ ਸ਼ਹਿਰ ਚ ਲੱਭਦੀਆਂ ਨਹੀਂ ਖਾਲੀ ਪਈਆਂ ਸਭ ਹਾਂਜੀ ਹਾਂਜੀ ਕਾਦੀਆਂ ਸਾਹਿਬ ਨਾਲੇ ਹੁਣ ਵਾਈ ਦਾ ਜਿਹੜਾ ਪਿੰਡ ਚ ਲੋਕ ਜ਼ਿਆਦਾ ਖੇਤੀ ਕਰਦੇ ਮੰਨਦੇ ਔਰ ਹਰ ਚੀਜ਼ ਮਸ਼ੀਨਰੀ ਨਾਲ ਹੁੰਦੀ ਹੈ ਟਾਈਮ ਹੀ ਟਾਈਮ ਹੈ ਪਰ ਆਪਾਂ ਫੋਨਾਂ ਚ ਰੁੱਝੇ ਜਾਂ ਵਟਐਵਰ ਤੁਸੀਂ ਗੱਲ ਕੀਤੀ ਸੀ ਸੱਤ ਚ ਬੈਠਣ ਦੀ ਪੰਜਾਬ 'ਚ ਤਾਂ ਮੈਂ ਥੋੜੇ ਪਿੰਡਾਂ 'ਚ ਦੇਖੀ ਮੈਂ ਗਿਆਨੀ ਨਾ ਸਾਡੇ ਆਲ ਗੰਗਨਾਲ ਚਲਜੋ ਤਾਂ ਸਪੈਸ਼ਲ ਫੱਟੇ ਚੌਕ ਦੇ ਵਿੱਚ ਪਿੰਡ ਦੇ ਵਿਚਾਲੇ ਰੱਖੇ ਹੁੰਦੇ ਛੋਟੇ ਪਿੰਡ ਦੇ ਤੇ ਤਿੰਨ ਚਾਰ ਫੱਟੇ ਤਾਂ ਉੱਥੇ ਸਾਰੇ ਦੁਪਹਿਰ ਨੂੰ ਕੋਈ ਤਾਸ਼ ਖੇਲਦਾ ਕੋਈ ਗੱਲਾਂ ਬਾਤਾਂ ਮਾਰ ਰਿਹਾ ਤਾਂ ਉਹਨਾਂ ਬਹੁਤ ਸੋਹਣਾ ਸੋਸ਼ਲ ਸਰਕਲ ਬਹੁਤ ਵਧੀਆ ਬਣ ਜਾਂਦਾ ਸੀ ਪਰ ਅੱਜ ਕੱਲੋ ਖਾਲੀ ਹੈ ਲੋਕਾਂ ਨੇ ਕੋਠੀਆਂ ਵੱਡੀਆਂ ਬਣਾ ਲੀਆਂ ਵੱਡੇ ਗੇਟ ਲਾ ਲਏ ਪਰ ਅੰਦਰ ਆਪ ਆਪ ਦਿਖਾਵਾ ਦਿਖਾਵਾ ਜ਼ਿਆਦਾ ਹੋ ਗਿਆ ਜੀ ਪ੍ਰੈਕਟੀਕਲ ਘਟ ਗਿਆ ਦਿਖਾਵਾ ਜ਼ਿਆਦਾ ਹੋ ਗਿਆ ਕੋਈ ਵੀ ਚੀਜ਼ ਹੈ ਜੇ ਸੱਥਾ ਮੈਂ ਕੇ ਪਿੰਡ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਗਿਆ ਸੀਗਾ ਉੱਥੇ ਇੱਕ ਪਿੰਡ ਸੀਗਾ ਲਾਗੇ ਉੱਥੇ ਬੜੀ ਵਧੀਆ ਉਹਨਾਂ ਨੇ ਇੱਕ ਬਣਾਈ ਹੋਈ ਆ ਬੈਠਣ ਨੂੰ ਲੇਕਿਨ ਬੈਠਦਾ ਕੋਈ ਨਹੀਂ ਆ ਦਿਖਾਵਾ ਇੱਕ ਬਣਾਤਾ ਪਰ ਬੈਠਣ ਦਾ ਟਾਈਮ ਹੀ ਨਹੀਂ ਕੋਈ ਹੂੰ ਜਿਨ੍ਹਾਂ ਕੋ ਹੈਗਾ ਉਹਨਾਂ ਦੇ ਕੋਲ ਨਹੀਂ ਕੋਈ ਬੈਠਦਾ ਬਜ਼ੁਰਗਾਂ ਦੇ ਰਾਏ ਬਿਲਕੁਲ 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 ਜੀ ਕਦੀਨ ਸਾਹਿਬ ਹੁਣ ਮੈਂ ਨੈਕਸਟ ਕੁਐਸਚਨ ਮੈਂ ਤੁਹਾਨੂੰ ਤਾਂ ਪੁੱਛਣਾ ਕਿ ਦੇਖੋ ਆਪਾਂ ਹਰ ਇੱਕ ਨੂੰ ਨਿੰਦਲੀ ਐਨ ਜੀਓ ਬਣੀਆਂ ਜੇ ਕੋਈ ਤੁਹਾਡੇ ਵਰਗੇ ਸੱਜਣ ਬਹੁਤ ਵਧੀਆ ਕੰਮ ਕਰਦੇ ਆ ਤੇ ਆਪਾਂ ਵੀ ਆਪਾਂ ਕਹਿ ਦਿੰਨੇ ਆ ਵੀ ਠੀਕ ਆ ਕਰਦਾ થਾ ਹੈਗਾ ਪਰ ਬਜ਼ੁਰਗਾਂ ਨੂੰ ਘਰੇ ਰਹਿਣਾ ਚਾਹੀਦਾ ਤੇ ਉਹਨਾਂ ਦੇ ਆਦਰ ਸਤਕਾਰ which is how it should be ਉਹਨਾਂ ਨੂੰ ਕਰਿਆ ਟਾਈਮ ਨਾਲ ਉਹਨਾਂ ਦੀ ਦਵਾਈ ਖਾਣਾ ਪਾਣਾ ਤੇ ਉਹਨਾਂ ਦੀ ਪੂਰੀ ਕੇਅਰ ਹੋਵੇ ਅਟੈਨਸ਼ਨ ਵੀ ਦਿਓ ਪਰ ਮੈਂ ਇੱਕ ਸ਼ਹਿਰ ਦਾ ਨਾਮ ਜਾਣ ਕੇ ਨਹੀਂ ਲਊਂਗਾ ਉੱਥੇ ਇੱਕ ਬਹੁਤ ਸੋਹਣੀ ਐਨ ਜੀਓ ਨੇ ਐਨ ਜੀਓ ਮੈਂ ਨਾਮ ਜਾਣ ਕੇ ਨਹੀਂ ਸ਼ਾਇਦ ਮਾਈਂਡ ਨਾਲ ਕਰ ਜਣ ਅਗਲੇ ਉਹਨਾਂ ਨੇ ਇੱਕ ਕੰਮ ਚਲਾਇਆ ਹੋਇਆ ਕਿ ਮਿਨੀ ਬੱਸਾਂ ਇੱਕ ਦੋ ਹੈਗੀਆਂ ਉਹਨਾਂ ਦੀ ਉਹ ਰਾਤ ਨੂੰ ਨਹੀਂ ਰੱਖਦੇ ਬਜ਼ੁਰਗਾਂ ਨੂੰ ਉਹਨਾਂ ਨੇ ਇੱਕ ਕੰਮ ਕੀਤਾ ਹੋਇਆ ਕਿ ਧਾਨ ਦੇ ਸਰਤੇ ਜਿੱਦਾਂ ਸਾਰੇ ਦੇ ਜਾਂਦੇ ਵੀ ਸਾਨੂੰ ਇੰਨੇ ਰੁਪਏ ਦਿਓ ਅਸੀਂ ਦੁਪਹਿਰ ਦਾ ਜਿਹੜਾ ਭੋਜਨ ਹੈ ਤੇ ਦੁਪਹਿਰ ਦੀ ਚਾਹ ਬਜ਼ੁਰਗਾਂ ਨੂੰ ਅਸੀਂ ਇੱਥੇ ਪਿਲਾਵਾਂਗੇ ਤੇ ਉਹ ਬੱਸਾਂ ਤੇ ਘਰੋਂ ਬਹੁਤ ਸੋਹਣੇ ਉਹਨਾਂ ਦੇ ਕੰਮ ਵਾਲੇ ਰੱਖੇ ਨਾਲੇ ਏਮਪਲੋਇਮੈਂਟ ਮਿਲੀ ਹੋਈ ਕੋਈ 10-12 ਜਣਿਆਂ ਨੂੰ ਠੀਕ ਹੈ ਜਿਆਦਾ ਹੀ ਹੋਣੇ ਕਿਉਂਕਿ ਕੁੱਕਰਨ ਵਾਲੀ ਲੇਡੀਆਂ ਵੀ ਹੈਗੀਆਂ ਉੱਥੇ ਸਾਫ ਸਫਾਈ ਵਾਲੀਆਂ ਵੀ ਹੈਗੀਆਂ ਉਹਨਾਂ ਨੇ ਓਪਨ ਲੇਡੀਆਂ ਵਾਸਤੇ ਅੱਡੇ ਤੇ ਬਜ਼ੁਰਗਾਂ ਵਾਸਤੇ ਜੈਂਟਸ ਵਾਸਤੇ ਅੱਡ 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 ਹੈਗੇ ਸੈਕਸ਼ਨ ਤੇ ਉੱਥੇ ਉਹ ਆਰਾਮ ਵੀ ਕਰ ਸਕਦੇ ਆ ਵੀ ਚਾਰ ਪਾਈਆਂ ਮੰਜੇ ਵੀ ਰੱਖੇ ਹੋਇਆ ਤੋਂ ਲੈ ਜਾਂਦੇ 11:30 ਜਾਂ 12:00 ਵਜੇ ਟਾਈਮ ਬੰਨਿਆ ਹੋਇਆ ਉੱਥੇ ਲੈ ਜਾਂਦੇ ਉੱਥੇ ਉਹਨਾਂ ਨੂੰ ਪਹਿਲਾਂ ਖਾਣਾ ਖਵਾਉਂਦੇ ਆ ਫਿਰ ਉਹ ਬੋਲ ਰੱਖੋ ਵੀ ਬੋਲ ਖਲਾਉਂਦੇ ਆ ਜਾਂ ਹੋਰ ਐਕਟੀਵਿਟੀਜ਼ ਹੈਗੀਆਂ ਫਿਰ ਇੱਕ ਘੰਟਾ 100 ਫਿਰ ਉਹਨਾਂ ਨੂੰ ਕਹਾਂ ਕਿ ਹੁਣ ਬੈਠ ਕੇ ਗੱਪਸ਼ਪ ਕਰੋ ਆਪਸਾਂ ਗੱਲਾਂ ਬਾਤਾਂ ਕਰੋ ਇਹ ਹੋਰ ਵੀ ਆ ਬੀਪੀ ਵਾਲੀ ਡਾਕਟਰ ਹੁੰਦੇ ਆ ਸ਼ੂਗਰ ਵਾਲੇ ਉਹਨਾਂ ਨੂੰ ਜੜੀ ਦਵਾ ਦੇਣੀ ਹੁੰਦੀ ਦੁਪਹਿਰ ਨੂੰ ਕਹਿੰਦੇ ਸਾਨੂੰ ਦੱਸੋ ਸਾਨੂੰ ਦੇ ਦਿਓ ਅਸੀਂ ਦੇਵਾਂਗੇ ਦੇ ਕੇ 4 ਵਜੇ ਦਿਨ ਹੌਲੀ ਹੌਲੀ ਉਹਨਾਂ ਨੂੰ ਆਪਦੇ ਘਰੇ ਛੱਡਣ ਨੇ ਉਹਨਾਂ ਇੱਕ ਰੂਟੀਨ ਬਣ ਜਾਂਦਾ ਬਜ਼ੁਰਗਾਂ ਦਾ ਕਿ ਆ ਹੁਣੇ ਤਿਆਰ ਹੋ ਜਾਉ ਆ ਮੇਰੀ ਬੱਸ ਆਉਣ ਵਾਲੀ ਆ ਤੇ ਉਸ ਤੋਂ ਬਾਅਦ 4:30 4:30 ਵਜੇ ਘਰੇ ਆ ਗਏ ਤਾਂ ਫੇਰ ਜਿਹੜਾ ਹੁੰਦਾ ਉਹਨਾਂ ਨੂੰ ਹੈਗਾ ਕਿ ਮੈਂ ਆਪਦੇ ਘਰ ਵੀ ਆ ਗਿਆ ਠੀਕ ਹੈ ਨਾ ਬਾਕੀ ਆਪ ਦਾ ਟਾਈਮ ਬਹੁਤ ਵਧੀਆ ਚੱਲ ਰਿਹਾ ਆ ਚੀਜ਼ ਕਿਤੇ ਨਾ ਕਿਤੇ ਜੇ ਆਪਣੀ ਸ਼ੁਰੂਆਤ ਕੀਤੀ ਜਾਵੇ ਪੰਜਾਬ 'ਚ ਤਾਂ ਬਹੁਤ ਵਧੀਆ ਹੋਊਗਾ ਹਾਲਾਂਕਿ ਜਿਹੜੇ ਬਹੁਤ ਲੋਗ ਆ ਜਿਹੜੇ ਇਹਦੇ ਵਿੱਚ ਪਾਰਟਿਸਿਪੇਟ ਮਤਲਬ ਆਪ ਦਾ ਡੋਨੇਸ਼ਨ ਦੇਣ ਨੂੰ ਤਿਆਰ ਆ ਕਿ ਹਾਂ ਤੁਸੀਂ ਕਰੋ ਬਿਲਕੁਲ ਜੀ ਦੇਖੋ ਜੀ ਕਰਨ ਨੂੰ ਜਿਹੜਾ ਯੂਥ ਆ ਨਾ ਉਹਨੂੰ ਆਪਾਂ ਨਾਲ ਲੈ ਕੇ ਇਹ ਚੀਜ਼ਾਂ ਕਰ ਸਕਦੇ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ 8 8 9 9 ਗੁਰਦੁਆਰਾ ਸਾਹਿਬ ਬਣੇ ਹੋਏ ਉਹਨੋਂ ਨਾ ਜੇਕਰ ਪਿੰਡ ਦਾ ਕੱਟ ਹੋਵੇ ਨੌਜਵਾਨ ਦਾ ਕੱਟ ਹੋਵੇ ਸਾਰਿਆਂ ਦਾ ਇੱਕ ਸਲਾਹ ਦੇ ਨਾਲ ਚੱਲਣ ਔਰ ਉਹ ਗੁਰਦੁਆਰਿਆਂ ਨੂੰ ਦੇਖੋ ਇਹ ਗੱਲ ਆਪਾਂ ਲਾਈਵ ਨਹੀਂ ਕਹਿ ਸਕਦੇ ਲੋਕਾਂ ਨੇ ਕਹਿੰਦਾ ਵੀ ਇਹਦਾ ਸਿਰ ਲਾ ਦਿਓ ਇੱਕ ਹੀ ਗੱਲਾਂ ਕਰੀ ਜਾਂਦਾ ਬਟ ਜੇ ਅੱਠ ਅੱਠ ਗੁਰਦੁਆਰਾ ਸਾਹਿਬ ਬਣੇ ਆ ਤੇ ਤੁਸੀਂ ਇੱਕ ਗੁਰਦੁਆਰਾ ਸਾਹਿਬ ਇੱਕ ਪਿੰਡ ਦੇ ਵਿੱਚ ਬਣਾ ਸਕਦੇ ਹੋ ਔਰ ਦੂਸਰੇ ਗੁਰਦੁਆਰੇ ਦੀ ਜਗ੍ਹਾ ਤੁਸੀਂ ਇਦਾਂ ਦੇ ਕੰਮ ਕਰ ਸਕਦੇ ਹੋ ਜੇ ਜ਼ਰੂਰਤ ਆਤਾ ਔਰ ਤੁਸੀਂ ਉਹਨਾਂ ਗੁਰਦੁਆਰਿਆਂ ਦੀ بجائے ਇਦਾਂ ਦੇ ਕੰਮ ਕਰ ਸਕਦੇ ਹੋ ਉੱਥੇ ਆਪਾਂ ਬੈਠ ਕੇ ਸੋਸ਼ਲ ਸੈਂਟਰ ਬਣ ਸਕਦੇ ਆ ਏਦਾਂ ਦਾ ਕੰਮ ਕਰ ਲਓ ਕੁਛ ਨਾ ਕੁਛ ਕਰ ਸਕਦੇ ਆ ਆ ਹਾਂਜੀ ਲੰਗਰ ਪਾ ਗੁਰਦੁਆਰਾ ਸਾਹਿਬ ਚ ਬਣਾ ਕੇ ਲਿਆ ਕੇ ਉਹਨਾਂ ਨੂੰ ਖਵਾ ਦੇ ਹੁਣ ਅੱਠ ਗੁਰਦੁਆਰੇ ਅੱਠਾਂ ਗੁਰਦੁਆਰਿਆਂ ਦੇ ਵਿੱਚ ਸੰਗਤ ਤਾਂ ਉਹੀ ਇੱਕ ਪਿੰਡ ਦੀ ਆ ਨਾ ਹੂੰ 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 ਅੱਠ ਗੁਰਦੁਆਰੇ ਬਣਾਉਣ ਦਾ ਉੱਥੇ ਕੀ ਮਤਲਬ ਉਹ ਤਾਂ ਵੰਡੀਆਂ ਹੋ ਗਈਆਂ ਨਾ ਜਾਤ ਪਾਤ ਦਾ ਵੀ ਕੰਮ ਹੋ ਗਿਆ ਕੁਝ ਈਗੋ ਨੂੰ ਵੀ ਸੈਟੀਸਫਾਈ ਕਰਨਾ ਕਿ ਅਸੀਂ ਇਹ ਕਰ ਲਿਆ ਉਹ ਕਰ ਲਿਆ ਉਹ ਚੀਜ਼ਾਂ ਘਟਾ ਕੇ ਆਪਾਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਈਏ ਤਾਂ ਹੋ ਸਕਦਾ ਹੈ ਕਿ ਥੋੜਾ ਮੋੜ ਪੈ ਸਕੇ ਹੂੰ ਹੂੰ ਸਿੰਘ ਸਾਹਿਬ ਤੁਸੀਂ ਵਰਕਸ਼ਾਪ ਜਦੋਂ ਵੀ ਕੀਰਤਨ ਕਰਦੇ ਹੋ ਉਹਨਾਂ ਅੱਡ ਅੱਡ ਪਿੰਡਾਂ 'ਚ ਵਰਕਸ਼ਾਪ ਲਾਉਂਦੇ ਹੋ ਇਹਨਾਂ ਚੀਜ਼ਾਂ ਤੇ ਕਿਤੇ ਨਾ ਕਿਤੇ ਦਾ ਕਿਉਂਕਿ ਆਪਾਂ ਨਸ਼ੇ ਦੇ ਵਿਰੁੱਧ ਗੱਲ ਕਰ ਲਈ ਹੈ ਯੂਥ ਨੂੰ ਉੱਥੋਂ ਹਟਣਾ ਪੈਣਾ ਨਹੀਂ ਤਾਂ ਆਉਣ ਵਾਲੀ ਦੋ ਚੀਜ਼ਾਂ ਪੰਜਾਬ ਦੇ ਵਿੱਚ ਇੱਕ ਤਾਂ ਪਾਣੀ ਤੇ ਇੱਕ ਆ ਯੂਥ ਇਹ ਖਤਮ ਕੁਝ ਸਾਲਾਂ ਦੀ ਗੱਲ ਰਹਿ ਗਈ ਆਪਾਂ ਕਹਿੰਦੇ ਨਾ 10-20 ਸਾਲ ਇਹਨਾਂ ਟਾਈਮ ਚੱਲਣਾ ਨਹੀਂ ਹੈ ਠੀਕ ਹੈ ਕੋਸ਼ਿਸ਼ ਕਰਦੇ ਆ ਕਿ ਤੁਸੀਂ ਤੁਹਾਡੇ ਵਰਗੇ ਬੰਦੇ ਇਦਾਂ ਦੀ ਲਘੂ ਫਿਲਮ ਜੇ ਚੇਤੀ-ਚੇਤੀ ਬਣਾਉਣ ਹੋਰ ਬਣਾਉਣ ਤੇ ਸਮਾਜ ਨੂੰ ਜਿਹੜਾ ਇੱਕ ਮੈਸੇਜ ਜਿਹੜਾ ਉਹ ਜਾਂਦਾ ਰਵੇ ਕਾਦੀ ਸਭ ਅਖੀਰ ਦੇ ਵਿੱਚ ਆਪਾਂ ਇੰਡੀਆ ਦੀ ਗੱਲ ਕਰ ਲਈਏ ਬਾਹਰ ਬੈਠੇ ਜਿਹੜੇ ਐਨਆਰਆਈਸ ਨੇ ਤੁਸੀਂ ਜਾਣੂ ਹਾਲਾਤ ਇੱਥੇ ਬਜ਼ੁਰਗਾਂ ਦੇ ਵੀ ਕੁਝ ਕਹਿਣਾ ਚਾਹੁੰਦਾ ਅ ਬਸ ਨਿਊ ਜਨਰੇਸ਼ਨ ਨੂੰ ਬੇਨਤੀ ਕਰਨੀ ਚਾਹੁੰਦਾ ਆ ਔਰ ਦੋ ਦੋਨਾਂ ਧਿਰਾਂ ਨੂੰ ਪੈਰੈਂਟਸ ਨੂੰ ਵੀ ਆਪਣੇ ਬੱਚਿਆਂ ਦੇ ਜਜ਼ਬਾਤ ਉਹਨਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਔਰ ਜਿਹੜੇ ਬੱਚੇ ਆ ਉਹਨਾਂ ਨੂੰ ਆਪਣੇ ਮਾਤਾ ਪਿਤਾ ਦਾ ਬਣਦਾ ਜਿੱਦਾਂ ਦੀ ਮਰਜ਼ੀ ਆ ਜੋ ਕੁਝ ਉਹਨਾਂ ਨੇ ਤੁਹਾਡੇ ਨਾਲ ਮਰਜ਼ੀ ਕੀਤਾ ਪਰ ਉਹਨਾਂ ਦਾ ਜਿਹੜਾ ਬਣਦਾ ਮਾਨ ਸਤਕਾਰ ਜੜਾਇਓ ਉਹ ਜ਼ਰੂਰ ਕਰੋ ਜਿਹੜਾ ਜੋ ਅਸੀਂ ਦੇਖ ਰਹੇ ਆ ਜੋ ਮੈਂ ਵਿੱਚ ਰਿਹਾ ਕਿ ਕਤਲ ਕਰਨਾ ਜਾਂ ਆਪਣੇ ਪੈਰੈਂਟਸ ਦੇ ਉੱਤੇ ਹੱਥ ਚੁੱਕਣਾ ਉਹਨਾਂ ਨੂੰ ਬੁਰਾ ਭਲਾ ਕਹਿਣਾ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸਾਨੂੰ ਸਿੱਖਣ ਦੀ ਲੋੜ ਆ ਕਿਉਂਕਿ ਜੋ ਅਸੀਂ ਆਪਣੇ ਪੇਰੈਂਟਸ ਨਾਲ ਆਪਣੇ ਬਜ਼ੁਰਗਾਂ ਨਾਲ ਆਪਣੇ ਸਮਾਜ ਨਾਲ ਕਰਾਂਗੇ ਉਹ ਸਾਨੂੰ ਵਿਆਜ ਸਮੇਤ ਵਾਪਸ ਵੀ ਮਿਲੇਗਾ ਹੂੰ 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 ਤੇ ਕਾਦੀ ਸਰ ਨੇ ਨੈਕਸਟ ਜਿਹੜਾ ਤੁਸੀਂ ਪਾਰਟ ਹੈ ਕਦੋਂ ਰਿਲੀਜ਼ ਕਰ ਰਹੇ ਹੋ ਇਸ ਚੀਜ਼ ਦਾ ਤੇ ਜੀ ਬਸ ਦੋ ਤੇ ਦੋ ਚਾਰ ਦਿਨ ਤੱਕ ਹੀ ਉਹਦਾ ਨੈਕਸਟ ਪਾਰਟ ਜਿਹੜਾ ਉਹ ਇਕੱਠਾ ਆਪਾਂ ਕਰਾਂਗੇ ਔਰ ਇਸ ਤੋਂ ਬਾਅਦ ਹੋਰ ਵੀ ਜਿਹੜੇ ਪੰਜਾਬੀਅਤ ਦੇ ਨਾਲ ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਜਿਹੜੇ ਆ ਉਹ ਸਾਡੀ ਟੀਮ ਜਿਹੜੀ ਹੈ ਅੱਗੇ ਤੋਂ ਵੀ ਲੈ ਕੇ ਆਏ ਹੂੰ ਤੇ ਜਿਹੜਾ ਪਹਿਲਾ ਪਾਰਟ ਤੁਸੀਂ ਰਿਲੀਜ਼ ਕੀਤਾ ਸੀਗਾ ਉਹ ਚ ਹੁਣ ਕਿਦਾਂ ਦਾ ਹੰਗਾਰਾ ਲਿਆ ਬਾਸ ਸੰਗਤ ਵਰ ਲੋ ਇਹ ਜੀ ਇਹਦੇ ਵਿੱਚ ਤਾਂ ਗੁਰਲਾਲ ਜੀ ਜਿਹੜੀ ਨਿਊ ਜਨਰੇਸ਼ਨ ਹੈ ਨਾ ਜੀ ਉਹ ਸਾਡੀ ਆਡੀਅנס ਬਹੁਤ ਘਟਿਆ ਹੂੰ ਸਾਡੀ ਜਿਹੜੀ ਆਡੀਅנס ਹੈ ਉਹ ਤੁਹਾਡੇ ਵਰਗੇ ਸੂਝਵਾਨ ਔਰ ਪੇਰੈਂਟਸ ਔਰ ਮਾਵਾ ਭੈਣਾ ਜਿਹੜੀਆਂ ਬਜ਼ੁਰਗ ਨੇ ਔਰ ਇਸ ਜਿਆਦਾ ਨਹੀਂ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਜਿਆਦਾ ਜਿਹੜਾ ਲੋਕ ਸੋਸ਼ਲ ਮੀਡੀਆ ਤੇ ਉਹ ਕੰਜਰਖਾਨਾ ਜਿਹੜਾ ਉਹ ਚੀਜ਼ਾਂ ਜਿਆਦਾ ਪਸੰਦ ਕਰਦੇ ਆ ਜੀ ਬਟ ਫਿਰ ਵੀ ਆਪਾਂ ਜੇ ਕੁਝ ਬਹੁਤ ਨਹੀਂ ਤਾਂ ਕੁਝ ਕੀ ਪਰਿਵਾਰਾਂ ਨੂੰ ਆਪਾਂ ਇਹ ਸੁਨੇਹਾ ਦੇ ਸਕੀਏ ਤਾਂ ਮੈਂ ਸਮਝਦਾ ਵੀ ਸਾਡੀ ਮਿਹਨਤ ਸਫਲ ਹਨ ਹਮ ਹਮ ਵੈਰੀ ਗੁੱਡ ਕਾਧੀਆਂ ਸਾਹਿਬ ਕੀਪ ਅਪ ਦਾ ਗੁੱਡ ਵਰਕ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਜੋ ਕੁਝ ਵੀ ਅਸੀਂ ਕਰ ਸਕਿਆ ਇਸ ਮੰਚ ਤੋਂ ਤੁਹਾਡੇ ਲਈ ਜ਼ਰੂਰ ਕਰਾਂਗੇ ਤੁਸੀਂ ਸਮਾਜ ਦੇ ਵਿੱਚ ਆ ਚੀਜ਼ਾਂ ਚੱਕਦੇ ਰਹੋ ਨਿਰੰਤਰ ਚੱਕਦੇ ਰਹੋ ਅੱਡ ਅੱਡ ਮੁੱਦਿਆਂ ਤੇ ਚੱਕਦੇ ਹੋ ਅੱਜ ਆਪਾਂ ਗੱਲ ਬਰਦਾਸ਼ਰਮ ਦੀ ਕੀਤੀ ਹੈ ਫਿਰ ਨਸ਼ੇ ਤੇ ਕਰਾਂਗੇ ਫਿਰ ਜਿਹੜੀ ਸੱਖਸ਼ਰਤਾ ਦੀ ਗੱਲ ਕਰੀਏ ਫਿਰ ਆ ਦਹੇਜ ਦਾ ਜਿਹੜਾ ਕਲੰਕ ਲੱਗਿਆ ਹੋਇਆ ਉਸ ਤੋਂ ਬਾਅਦ ਜਿਹੜੇ ਵੱਡੇ ਖਰਚੇ ਵਧਾਏ ਹੋਏ ਵਿਆਹਾਂ ਤੋਂ ਬਿਨਾਂ ਹੀ ਮਤਲਬ ਤੋਂ ਵਿਆਉਦੋਂ ਵੀ ਹੁੰਦੇ ਸੀ ਜਦੋਂ 10 20 50 ਬੰਦੇ ਬਹੁਤ ਸੋਹਣਾ ਹੋ ਜਾਂਦਾ ਸੀ ਤੇ ਕਿਤੇ ਹਜ਼ਾਰ ਬੰਦਾ ਤੇ ਹੋਰ ਕਈ ਚੀਜ਼ਾਂ ਨੇ ਡਿੱਗਦੇ ਪਾਣੀ ਬਾਰੇ ਵੀ ਗੱਲ ਕਰਾਂਗੇ ਪਰ ਉਦੋਂ ਦੇ ਦੇਖੋ ਜੀ ਪੰਜਾਬ ਦੇ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਇੱਕ ਮੁੱਦੇ ਤੇ ਨਹੀਂ ਕਿੱਦੋਂ ਫੁੱਲੀਏ ਤੇ ਕਹਿੰਦੇ ਲੀਰਾ ਹੀ ਨਿਕਲਦੀਆਂ ਲੀਰਾ ਹੀ ਨਿਕਲਦੀਆਂ ਮੁਸ਼ਕ ਮਾਰਦੀਆਂ ਜਿਹੜਾ ਵੀ ਜਿਹੜਾ ਵੀ ਆਪਾਂ ਸਮਾਜਿਕ ਆ ਧਾਰਮਿਕ ਆ ਰਾਜਨੀਤਿਕ ਆ ਕੋਈ ਵੀ ਪੱਖ ਆਪਾਂ ਛੇੜ ਲੀਏ ਪੰਜਾਬ ਦਾ ਤੇ ਉਹ ਬਹੁਤ ਜ਼ਿਆਦਾ ਵਿਚਾਰ ਔਰ ਸਮਝਣ ਦੀ ਲੋੜ ਆ ਇਸ ਵਿਸ਼ੇ ਤੇ ਸਾਰਿਆਂ ਤੇ ਜੀ 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 ਵੈਰੀ ਗੁੱਡ ਕਾਦੀਆਂ ਸਾਹਿਬ ਕੀਪ ਅਪ ਐਂਡ ਤੁਹਾਨੂੰ ਕਿਸੇ ਹੋਰ ਮੁੱਦੇ ਤੇ ਲੈ ਕੇ ਫਿਰ ਛੇਤੀ ਇਸ ਮੰਚ ਤੇ ਆਜ ਰਾਂਗਾ ਅੱਜ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਜੀ ਦਸ਼ਕ ਸਨਜਗਜੀਤ ਸਿੰਘ ਕਾਦੀਆਂ ਜਿਹੜੇ ਕੀ ਆਪ ਦਾ ਇੱਕ ਲਘੂ ਨਾਟਕ ਲਘੂ ਫਿਲਮ ਦੁਆਰਾ ਸਵਾਗਤ ਜਿੰਦਗੀ ਦੁਆਰਾ ਬ੍ਰਧ ਆਸ਼ਰਮ ਤੇ ਬਾਦਰੀ ਪਾਪੂਲੇਸ਼ਨ ਜਿਹੜੇ ਆਪਾਂ ਬਜ਼ੁਰਗਾਂ ਨੂੰ ਛੱਡ ਗਿਓ ਨੇ ਉਹਦੇ ਬਾਰੇ ਗੱਲ ਕਰ ਰਿਹਾ ਤੇ ਅਸੀਂ ਸਾਰਾ ਡਿਵੈਲਪ ਸ਼ੁਭ ਕਾਮਨਾਵਾਂ ਆਪਾਂ ਵੀ ਕੋਸ਼ਿਸ਼ ਕਰੀਏ ਸਮਾਜ ਨੂੰ ਕੁਝ ਵਾਪਸ ਦੇਣ ਤੇ ਆਪਾਂ ਆਪਦੇ ਬਜ਼ੁਰਗਾਂ ਦੀ ਪੂਰੀ ਕੇਅਰ ਕਰੀਏ ਅੱਜ ਦਾ ਪ੍ਰੋਗਰਾਮ ਕਿਦਾਂ ਦਾ ਰਿਹਾ ਤੁਹਾਡੀ ਟਿੱਪਣੀਆਂ ਦੀ ਉਡੀਕ ਰਹੂਗੀ ਮੇਰੇ ਵੱਲੋਂ ਤੁਸੀਂ ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ